ਹੋਂ ਕੁਰਬਾਨੇ ਜਾਉਂ ਮਿਹਰਬਾਨਾ, ਹੋਂ ਕੁਰਬਾਨੇ ਜਾਉਂ, ਹੋਂ ਕੁਰਬਾਨੇ ਜਾਉਂ ਤਿਨ੍ਹਾਂ ਕੇ ਲੈਣ ਜੋ ਤੇਰਾ ਨਾਉਂ। ਦੇਖੋ ਇੱਕ ਪਰਮਾਤਮਾ ਮਿਹਰਬਾਨ ਤੋਂ ਕੁਰਬਾਨ, ਫਿਰ ਮਿਹਰਬਾਨ ਦੇ ਨਾਮ ਤੋਂ ਕੁਰਬਾਨ, ਤੇ ਤੀਸਰਾ ਜਿਹੜਾ ਉਸ ਪਰਮੇਸ਼ਵਰ ਦਾ ਨਾਮ ਜਪਦਾ ਉਸ ਨਾਮ ਜਪਣ ਵਾਲੇ ਤੋਂ ਵੀ ਕੁਰਬਾਨ। ਹੋਂ ਕੁਰਬਾਨੇ ਜਾਉਂ ਮਿਹਰਬਾਨਾ, ਹੋਂ ਕੁਰਬਾਨੇ ਜਾਉਂ, ਹੋਂ ਕੁਰਬਾਨੇ ਜਾਉਂ ਤਿਨ੍ਹਾਂ ਕੈ ਲੈਣ ਜੋ ਤੇਰਾ ਨਾਉਂ, ਲੈਣ ਜੋ ਤੇਰਾ ਨਾਉਂ ਤਿਨ੍ਹਾਂ ਕੈ ਹੋਂ ਸਦ ਕੁਰਬਾਨੇ ਜਾਉਂ। ਇਹ ਕੇਵਲ ਜ਼ਬਾਨੀ ਕਲਾਮੀ ਸ਼ਬਦ ਨਹੀਂ, ਆਪਣੇ ਆਪ ਨੂੰ ਨਾਮ ਤੋਂ ਵਾਰ ਦੇਣਾ, ਇਹਦਾ ਮਤਲਬ ਕਿੰਨੀ ਕੁ ਕੀਮਤੀ ਵਸਤੂ ਹੈ ਨਾਮ, ਜਿਹਦੇ ਤੋਂ ਆਪਣਾ ਆਪਾ ਕੁਰਬਾਨ ਕੀਤਾ ਜਾ ਰਿਹਾ ਹੈ। ਇਹ ਭਾਈ ਸਾਹਿਬ ਜੀ ਨੇ ਜਦੋਂ ਅਸੀਂ ਆਏ ਹਾਂ ਇਹ ਸ਼ਬਦ ਪੜ੍ਹ ਰਹੇ ਸਨ। ਦੂਸਰਾ, ਇਹਨਾਂ ਨੇ ਬੜੇ ਵਾਰਤਕ ਦੋ ਸ਼ਬਦ ਕਹੇ ਆ ਕਿ ਜੀਵ ਦੇ ਉਧਾਰ ਵਾਸਤੇ ਗੁਰਮਤ ਵਿੱਚ ਸੱਤ ਸੰਗਤ ਦੀ ਬੜੀ ਵੱਡੀ ਮਹਾਨਤਾ ਹੈ। ਸੱਤ ਸੰਗਤ ਦੀ ਪ੍ਰਾਪਤੀ ਸਤਿਗੁਰੂ ਬੰਦੇ ਦੇ ਭਾਗਾਂ ਨਾਲ ਜੋੜ ਕੇ ਕਰਦੇ ਆ, ਕਿਉਂਕਿ ਜਦੋਂ ਅਸੀਂ ਬਾਣੀ ਦਾ ਪਾਠ ਕਰਨੇ ਆ ਤੇ ਮਹਾਰਾਜ ਇੱਕ ਬਚਨ ਕਰਦੇ ਆ, ਵੱਡ ਭਾਗੀ ਹਰ ਸੰਗਤ ਭਾਵੈ। ਇਹਦਾ ਅਰਥ ਬੜਾ ਸਰਲ ਹੈ, ਵੱਡਿਆਂ ਭਾਗਾਂ ਵਾਲਾ ਪਰਮੇਸ਼ਵਰ ਦੀ ਸੰਗਤ ਦੀ ਪ੍ਰਾਪਤੀ ਕਰਦਾ ਹੈ। ਵੱਡ ਭਾਗੀ ਹਰ ਸੰਗਤ ਭਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ, ਵਿਣ ਭਾਗਾਂ ਸਤ ਸੰਗ ਨਾ ਲੱਭੈ, ਵਿਣ ਸੰਗਤ ਮੈਲ ਪ੍ਰੀਜੈ ਜੀਉ। ਦੇਖੋ ਬੜੇ ਸਰਲ ਜਿਹੇ ਸ਼ਬਦ ਨੇ ਜੀ ਸਾਰੇ, ਤੇ ਮੇਰੇ ਮਨ ਚ ਵੀ ਸੀ, ਮੈਂ ਆਪ ਜੀ ਦੇ ਇਸ ਸਥਾਨ ਤੇ ਪਹਿਲੀ ਵਾਰ ਆਇਆ ਤੇ ਜਿਸ ਸੰਬੰਧ ਵਿੱਚ ਆਪਾਂ ਬੈਠੇ ਹਾਂ ਇਸ ਸੰਗਤ ਦੀ ਮਹਾਨਤਾ ਕੀ ਹੈ, ਗੁਰਦੁਆਰੇ ਦਾ ਭਾਵ ਕੀ ਹੈ। ਆਓ ਮੈਂ ਤਕਰੀਬਨ ਇੱਕ ਘੰਟੇ ਦੇ ਕਰੀਬ ਆਪ ਜੀ ਦੇ ਦਰਸ਼ਨ ਕਰਨੇ ਨੇ, ਥੋੜ੍ਹਾ ਜਿਹਾ ਅਸੀਂ ਲੇਟ ਹੋਏ ਹਾਂ, ਇਹ ਖਿਮਾ ਕਰਦੇ ਆ ਜੀ। ਜੀ ਆਪ ਜਿਤਨੇ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ, ਯਤਨ ਕਰਾਂਗਾ ਮੇਰੀ ਬਿਲਕੁਲ ਸ਼ਬਦਾਵਲੀ ਪੇਂਡੂ ਬੋਲੀ ਮੈਂ ਵਰਤਣਾ ਵਾ। ਮੇਰਾ ਖਿਆਲ ਹੈ ਜਿਹੜੇ ਪੰਜਾਬੀ ਸਮਝਦੇ ਉਹਨਾਂ ਨੂੰ ਸਮਝ ਪੈ ਜਾਣੀ ਚਾਹੀਦੀ, ਤੇ ਕੋਈ ਗੱਲ ਆਪਾਂ ਸਤਿਗੁਰੂ ਦੀ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ ਕਰਨੀ, ਕਿਉਂਕਿ ਇਸ ਦਰਬਾਰ ਵਿੱਚ ਆਇਆ ਨਾਨਕ ਕਹਿ ਘਰ ਕੇਵਲ ਨਾਮ, ਇੱਥੇ ਸਿਰਫ ਪਰਮੇਸ਼ਵਰ ਦੇ ਨਾਮ ਦੀ ਸਿਫਤ ਹੋਵੇ। ਗੁਰੂ ਬਖਸ਼ੀ ਫਤਿਹ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਤੇ ਇੱਕ ਹੋਰ ਬੇਨਤੀ ਮੈਂ ਨਾਲ ਕਰਦਾ ਜਾਵਾਂ, ਇਹ ਫਤਿਹ ਸਤਿਗੁਰਾਂ ਨੇ ਸਾਨੂੰ ਸੰਬੋਧ ਕੀ ਬੋਲਾ ਦਿੱਤਾ ਹੈ, ਆਪਾਂ ਫਤਿਹ ਬੁਲਾਉਂਦੇ ਹਾਂ। ਆਮ ਤੌਰ 'ਤੇ ਸਿੱਖਾਂ ਵਿੱਚ ਅਤੇ ਗੈਰ ਸਿੱਖ ਵੀ ਇੱਕ ਸ਼ਬਦ ਵਰਤਦੇ ਨੇ ਜੀ, ਸਤਿ ਸ੍ਰੀ ਅਕਾਲ ਆਪਾਂ ਵਰਤਨੇ। ਸਤਿ ਸ੍ਰੀ ਅਕਾਲ ਸਾਡੇ ਜੈਕਾਰੇ ਦਾ ਅੱਧਾ ਹਿੱਸਾ ਹੈ, ਪਰ ਜਿਹੜੀ ਆਪਾਂ ਫਤਿਹ ਗਜਾਨੇ ਹਾਂ ਇਹ ਜੈਕਾਰਾ ਵੀ ਨਹੀਂ, ਇਹ ਨਾਰਾ ਵੀ ਨਹੀਂ, ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤਾ ਹੈ। ਜਦੋਂ ਸਿੱਖ ਸਿੱਖ ਨੂੰ ਮਿਲੇ ਤੇ ਕਿੰਨਾ ਸ਼ਬਦਾਂ ਨਾਲ ਇਹ ਆਪਣੀ ਗੱਲਬਾਤ ਸ਼ੁਰੂ ਕਰੇ। ਇਹਨੂੰ ਆਪਾਂ ਸੰਬੋਧ ਕੀ ਬੋਲਾ ਇੱਕ ਸ਼ਬਦ ਵਰਤਨੇ ਆ ਜੀ, ਸੰਬੋਧਿਤ ਕਰਨਾ, ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਪਰ ਉਹਨੂੰ ਸੰਬੋਧਿਤ ਕਰਨਾ। ਇੱਕ ਹੋਰ ਬੇਨਤੀ ਕਿ ਇਹ ਬੋਲਾ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੇਲੇ ਜਦੋਂ ਸਿੱਖ ਸਿੱਖ ਨੂੰ ਮਿਲਦਾ ਜੀ, ਮੈਂ ਸਿਆਟਲ ਵੀ ਬੇਨਤੀ ਕਰਕੇ ਆਇਆ,
ਸਿੱਖ ਸਿੱਖ ਨੂੰ ਮਿਲਦਾ ਸੀ ਅਤੇ ਸੱਤ ਕਰਤਾਰ ਕਹਿੰਦਾ ਸੀ। ਉਦੋਂ ਵਾਹਿਗੁਰੂ ਜੀ ਕੀ ਫਤਿਹ ਨਹੀਂ ਸਨ ਬੁਲਾਉਂਦੇ, ਸੱਤ ਕਰਤਾਰ ਕਹਿਣਾ ਅਤੇ ਜਾਂ ਸਿੱਖ ਸਿੱਖ ਦੇ ਪੈਰਾਂ ਵਿੱਚ ਮੱਥਾ ਟੇਕਦਾ ਸੀ। ਇਹ ਉਸ ਵਕਤ ਦੀ ਰੀਤ ਸੀ। ਉਸ ਮੱਥਾ ਟੇਕਣ ਦਾ ਮਤਲਬ ਸੀ ਕੋਈ ਕਿ ਜਿਹੜੀ ਜਾਤ ਪਾਤ ਦੇ ਆਧਾਰ 'ਤੇ ਉੱਚਾ ਨੀਵਾਂਪਣ ਸੀ, ਅਮੀਰੀ ਅਤੇ ਗਰੀਬੀ ਦੇ ਆਧਾਰ 'ਤੇ ਨਫ਼ਰਤ ਜਿਹੜੀ ਅੱਜ ਵੀ ਉਸ ਥਾਂ 'ਤੇ ਮਿਲਦੀ ਹੈ, ਉਸ ਨੂੰ ਖਤਮ ਕਰਨ ਲਈ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਭਾਈ ਸਾਹਿਬ ਗੁਰਦਾਸ ਸਾਹਿਬ ਕਹਿੰਦੇ ਨੇ ਅਮੀਰ ਅਤੇ ਗਰੀਬ ਦੀ ਬਰਾਬਰੀ ਲਈ। ਉਂਝ ਇੱਕ ਹੋਰ ਗੱਲ, ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਜ਼ਿਕਰ ਬੜੀ ਵਾਰੀ ਆਇਆ ਅਤੇ ਖਾਸ ਕਰਕੇ ਸ਼ਬਦ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵਨਿਉ ਲਾਗੋ। ਭਾਈ ਜੀ ਇਹ ਉਦੋਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ, ਉਹਨਾਂ ਨੇ ਫਿਰ ਸਾਨੂੰ ਜਿਹੜਾ ਸੰਬੋਧਕੀ ਬੋਲਾ ਸਦਾ ਲਈ ਬਖਸ਼ ਦਿੱਤਾ ਉਹ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ। ਬੜੇ ਸੌਖੇ ਸ਼ਬਦ ਨੇ। ਕਾ ਸ਼ਬਦ ਪੁਰਾਣੀ ਪੰਜਾਬੀ ਦਾ ਹੈ, ਅੱਜ ਕੱਲ੍ਹ ਦਾ ਵਰਤਿਆ ਜਾਂਦਾ, ਉਦੋਂ ਪੁਰਾਣੀ ਪੰਜਾਬੀ ਵਿੱਚ ਕਾ ਜ਼ਿਆਦਾ ਵਰਤਿਆ ਜਾਂਦਾ ਸੀ। ਇਹਦਾ ਅਰਥ ਸਿੱਧਾ ਜੀ ਖਾਲਸਾ ਵਾਹਿਗੁਰੂ ਜੀ ਕਾ ਹੈ। ਅਤੇ ਨਾਲ ਬਖਸ਼ਿਸ਼ ਕੀਤੀ ਕਿ ਖਾਲਸਾ ਸੰਘਰਸ਼ਸ਼ੀਲ ਹੈ, ਜਦੋਂ ਇਹਨੂੰ ਫਤਿਹ ਮਿਲੇ ਕੀ ਫਤਿਹ ਖਾਲਸੇ ਦੀ ਹੋਵੇ? ਮਹਾਰਾਜ ਜੀ ਨੇ ਕਿਹਾ ਨਾ, ਇਹ ਨਹੀਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ। ਕਦੀ ਧਿਆਨ ਨਾ ਸੁਣਿਓ, ਕਦੀ ਆਪਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ, ਆਪਾਂ ਤਾਂ ਸ਼ਬਦ ਹੀ ਵਰਤਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਜਾਂ ਕਹਿੰਦੇ ਹਾਂ ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਕੀ ਕਾਰਨ ਵਾਹਿਗੁਰੂ ਜੀ ਕਾ ਖਾਲਸਾ? ਹਾਂ, ਪੰਜ ਪਿਆਰਿਆਂ ਨੇ, ਆਪ ਸਭ ਨੂੰ ਪਤਾ ਵਿਸਾਖੀ ਲੰਘ ਕੇ ਗਈ, ਪੰਜ ਪਿਆਰਿਆਂ ਨੇ ਅੰਮ੍ਰਿਤਪਾਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਤੋਂ। ਪੰਜਾਂ ਤੋਂ ਬਾਅਦ ਕਿੰਨੇ ਅੰਮ੍ਰਿਤਪਾਨ ਕੀਤਾ? ਛੇਵੇਂ ਨੇ, ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਆਪ ਸਨ। ਫਿਰ ਗੱਲ ਸੁਣਿਓ, ਆਪਾਂ ਆਪੇ ਗੁਰੂ ਚੇਲਾ ਕਹਿੰਦੇ ਹਾਂ ਨਾ, ਪੰਜਾਂ ਤੋਂ ਬਾਅਦ ਛੇਵੇਂ ਗੁਰੂ ਗੋਬਿੰਦ ਸਿੰਘ ਨੇ ਜਿਹਨਾਂ ਪੰਜਾਂ ਤੋਂ ਅੰਮ੍ਰਿਤ ਛਕਿਆ, ਇਹਦਾ ਮਤਲਬ ਇਹ ਸੀ ਖਾਲਸਾ ਜੀ ਮੈਂ ਤੁਹਾਡਾ ਹਾਕਮ ਬਣ ਕੇ ਨਹੀਂ, ਮੈਂ ਤੁਹਾਡੇ ਵਿੱਚ ਹੀ ਜਜ਼ਬ ਹੋ ਜਾਣਾ। ਜਜ਼ਬ ਦਾ ਅਰਥ ਮਿਲ ਸਮਝ ਗਿਆ ਨਾ, ਤੁਹਾਡੇ ਵਿੱਚ ਹੀ ਮਿਲ ਜਾਣਾ, ਤੁਸੀਂ ਮੇਰੇ ਵਿੱਚ ਮਿਲ ਜਾਓ, ਮੈਂ ਤੁਹਾਡੇ ਵਿੱਚ ਮਿਲ ਜਾਂਦੇ ਹਾਂ, ਆਪਾਂ ਸਾਰੇ ਵਾਹਿਗੁਰੂ ਦੇ ਬਣ ਜਾਈਏ। ਤਾਂ ਹੀ ਫਿਰ ਕਿਹਾ ਵੀ ਖਾਲਸਾ ਵਾਹਿਗੁਰੂ ਜੀ ਕਾ ਹੈ ਅਤੇ ਖਾਲਸੇ ਦੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹੈ। ਇਹਦੇ ਵਿੱਚ ਦੋ ਗੱਲਾਂ ਨੇ, ਇੱਕ ਸਿਮਰਨ ਹੈ ਅਤੇ ਦੂਜਾ ਸਮਰਪਣ ਹੈ। ਆਓ, ਜਦੋਂ ਵੀ ਆਪਾਂ ਬੁਲਾਉਂਦੇ ਹਾਂ, ਇਹ 'ਚ ਕੋਈ ਫਿਰਕਾ ਪ੍ਰਸਤੀ ਨਹੀਂ, ਇਹਦੇ ਵਿੱਚ ਸਿੱਧੀ ਗੱਲ, ਜਿਹੜਾ ਖਾਲਸਾ ਹੈ ਉਹਦਾ ਸੰਬੰਧ ਵਾਹਿਗੁਰੂ ਜੀ ਨਾਲ ਹੈ। ਖਾਲਸਾ ਜੋ ਕੁਝ ਪ੍ਰਾਪਤ ਕਰੇਗਾ ਉਹਦਾ ਸੰਬੰਧ ਵਾਹਿਗੁਰੂ ਜੀ ਦੇ ਨਾਲ ਹੋਵੇਗਾ। ਆਓ ਜੀ, ਆਪ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਬੁਲਾਓ, ਕਿਉਂਕਿ ਇਹਦੇ ਅਰਥ ਨੇ ਕੋਈ ਐਵੇਂ ਨਿਰਾਰਥਕ ਨੇ। ਗੁਰੂ ਘਰ 'ਚ ਜਿੰਨਾ ਕੋਈ ਤੁਸੀਂ ਵਰਤਦੇ ਹੋ ਪਿਆਰੇ, ਚੇਤੇ ਰੱਖਿਓ ਹਰ ਚੀਜ਼ ਦਾ ਕੋਈ ਅਰਥ ਹੈ। ਇਹ ਐਵੇਂ ਨਹੀਂ ਮਹਾਰਾਜ ਨੇ ਦੇ ਦਿੱਤਾ। ਹੁਣ ਕਈ ਵਾਰੀ ਆਪ ਜੀ ਕਹਿੰਦੇ ਹੋ ਦੇਗ ਤੇਗ ਫਤਿਹ ਕਹਿੰਦੇ ਹਾਂ ਨਾ ਜੀ ਆਪਾਂ, ਪੰਥ ਕੀ ਜੀਤ, ਇਹ ਦੇਗ ਤੇ ਤੇਗ ਇਕੱਠੇ ਕਿਉਂ? ਦੇਗ ਤੇਗ ਫਤਿਹ ਨਾ, ਇਹਦੇ ਬੜੇ ਗਹਿਰੇ ਅਰਥ ਨੇ। ਯਾਦ ਰੱਖਿਓ, ਕਿਚਨ 'ਚੋਂ ਜਾਂ ਰਸੋਈ 'ਚੋਂ ਜਿੱਥੇ ਦੇਗ ਪ੍ਰਸ਼ਾਦ ਬਣਾਉਂਦੇ ਹਾਂ, ਉਹ ਪ੍ਰਸ਼ਾਦ ਤਿਆਰ ਹੋ ਕੇ ਆ ਗਿਆ। ਜਿੱਥੇ ਵੀ ਪ੍ਰਸ਼ਾਦ ਹੋਵੇਗਾ, ਦੇਗ ਹੋਵੇਗੀ, ਹਰ ਗੁਰਦੁਆਰੇ ਵਿੱਚ ਉਹਦੇ ਨਾਲ ਤੇਗ ਪਈ ਹੋਵੇਗੀ। ਦੋਨੋਂ ਇਕੱਠੇ ਰਹਿੰਦੇ ਨਾ, ਤੁਸੀਂ ਘਰ 'ਚ ਦੇਗ ਬਣਾ ਕੇ ਜਾਓ ਅਤੇ ਆਪਾਂ ਪੁੱਛਦੇ ਹਾਂ ਤੁਹਾਡੇ ਕੋਲ ਤੇਗ ਹੈਗੀ ਹੈ, ਤੁਹਾਡੇ ਘਰ ਕਿਰਪਾਨ ਹੈਗੀ ਹੈ, ਕਿਉਂਕਿ ਦੇਗ ਬਣਦੀ ਹੀ ਤੇਗ ਦੇ ਛੂਹ ਨਾਲ ਹੈ। ਇੱਥੇ ਫਤਿਹ ਦਾ ਅਰਥ ਇਹ ਨਹੀਂ ਕਿ ਮੁੱਕ ਜਾਣਾ, ਦੋ ਅਰਥ ਨੇ ਫਤਿਹ ਦੇ। ਇੱਕ ਫਤਿਹ ਦਾ ਅਰਥ ਹੁੰਦਾ ਵੀ ਖਤਮ ਹੋ ਗਿਆ, ਆਪਾਂ ਕਹਿੰਦੇ ਜੀ ਇਹ ਕੰਮ ਫਤਿਹ ਹੋ ਗਿਆ, ਮੁੱਕ ਗਿਆ। ਨਹੀਂ,
ਇੱਥੇ ਫਤਿਹ ਦਾ ਅਰਥ ਹੈ ਕਾਮਯਾਬ ਹੋ ਗਿਆ। ਦੇਗ ਤੇਗ ਫਤਿਹ ਮੀਨਸ ਕਿ ਦੇਗ ਵਿੱਚ ਲੰਗਰ ਵਿੱਚ ਕਦੀ ਤੋਟਾ ਨਾ ਆਵੇ, ਲੰਗਰ ਵੀ ਕਾਮਯਾਬ ਹੋਣ, ਤੇ ਚੇਤੇ ਰੱਖਿਓ ਤੇਗ ਜਦੋਂ ਮੈਦਾਨੇ ਜੰਗ ਵੀ ਜਾਵੇ ਉੱਥੇ ਵੀ ਕਾਮਯਾਬੀ ਮਿਲੇ, ਫਤਿਹ ਦਾ ਅਰਥ ਇੱਥੇ ਮੁੱਕਣਾ ਨਹੀਂ। ਇਸ ਕਰਕੇ ਮੈਂ ਤਾਂ ਬੇਨਤੀ ਕੀਤੀ ਜੀ ਇਹਦੇ ਕੋਈ ਅਰਥ ਨੇ। ਇੱਕ ਹੋਰ ਗੱਲ ਸਿਰਫ ਇਹ ਵੀ ਨਾਲ ਕਹਿ ਦਿਆਂ, ਮੈਂ ਤੈਂ ਵਿੱਚ ਇਹ ਵਿੱਚ ਹੀ ਕੋਟ ਕਰ ਲਵਾਂਗਾ ਸਾਰਾ ਜੋ ਮੈਂ ਬੋਲ ਰਿਹਾ, ਜੇ ਫਤਿਹ ਨਹੀਂ ਮੈਂ ਬੁਲਾਈ। ਦੇਖੋ ਜਿਹੜਾ ਜੈਕਾਰਾ ਹੈ ਅਸੀਂ ਬੁਲਾਉਂਦੇ ਹਾਂ, ਇਹ ਨਾਰਾ ਨਹੀਂ ਜੀ, ਪਲੀਜ਼। ਅਸੀਂ ਕਈ ਵਾਰੀ ਕਹਿ ਦਿੰਦੇ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਨਾਰਾ ਬੁਲੰਦ ਕਰੋ, ਨਾ, ਇਹ ਜੈਕਾਰਾ ਹੈ। ਜੈਕਾਰਾ ਧਰਮ ਦੇ ਨਾਲ ਸੰਬੰਧਿਤ ਹੈ। ਸਾਡੀ ਅਰਦਾਸ ਦੀ ਸੰਪੂਰਨਤਾ ਇੱਥੇ ਹੁੰਦੀ ਹੈ ਕਿ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪਾਂ ਕਹਿੰਦੇ। ਜੈਕਾਰੇ ਵਿੱਚ ਕੀ ਹੈ? ਇਹਦੇ ਵਿੱਚ ਸਿੱਧੇ ਬਾਤ, ਜਿਹੜੇ ਪੁਰਾਣੇ ਸਮੇਂ ਸਨ ਨਾ, ਇੱਕ ਜਗ੍ਹਾ ਮੈਂ ਲਿਖ 'ਚ ਪੜ੍ਹਿਆ ਪਰ ਜ਼ਿਆਦਾ ਨਹੀਂ, ਉੱਥੇ ਹੈ ਜੋ ਬੋਲੇ ਜੋ ਸ਼ਬਦ ਸੀ ਪਹਿਲਾਂ, ਜੋ ਬੋਲੇ ਸੋ ਨਿਹਾਲ। ਅੱਜ ਸ਼ਬਦ ਸਿੱਧ ਹੈ ਬੋਲੇ ਸੋ ਨਿਹਾਲ। ਇਹ ਕੀ ਚੀਜ਼ ਹੈ ਪਿਆਰਿਓ? ਇਹ ਤਾਂ ਬੜਾ ਸ਼ਾਂਤੀ ਦਾ ਪ੍ਰਤੀਕ ਹੈ। ਹੁਣ ਤਾਂ ਜਿੱਥੇ ਕੋਈ ਖਲੋਂਦਾ, ਜਿੱਥੇ ਕੋਈ ਖਲੋਵੇ ਉੱਥੇ ਜੈਕਾਰਾ ਮੈਨੂੰ ਬਖਸ਼ ਦਿਓ। ਜੈਕਾਰਾ ਅਰਦਾਸ ਤੋਂ ਬਾਅਦ ਬੁਲਾਇਆ ਜਾਂਦਾ ਹੈ, ਜੈਕਾਰਾ ਮੁਹਿੰਮ 'ਤੇ ਚੜ੍ਹਨ ਲੱਗਿਆਂ ਬਣਾਇਆ ਜਾਂਦਾ ਹੈ, ਜੈਕਾਰਾ ਸੰਗਤ ਵਿੱਚ ਕਿਸੇ ਗੱਲ ਦੀ ਪ੍ਰਵਾਨਗੀ ਲਈ ਬੁਲਾਇਆ ਜਾਂਦਾ ਹੈ ਵੀ ਸੰਗਤ ਜੀ ਜੈਕਾਰਾ ਸ਼ਬਦ ਇਸਦੀ ਕਹਿੰਦੇ ਹਨ। ਹੁਣ ਇਹਦੇ ਅਰਥ ਕੀ ਨੇ? ਇਹਦਾ ਅਰਥ ਸਿੱਧਾ ਹੈ ਕਿ ਜਿਹੜਾ ਵੀ ਬੋਲੇਗਾ, ਜਿਹੜਾ ਵੀ ਬੋਲੇਗਾ, ਸੋ ਦਾ ਅਰਥ ਹੈ ਉਹ। ਅੱਗੇ ਸ਼ਬਦ ਨਿਹਾਲ, ਨਿਹਾਲ ਸ਼ਬਦ ਪਰਸ਼ੀਅਨ ਦਾ ਹੈ, ਫਾਰਸੀ ਦਾ, ਪੰਜਾਬੀ ਦਾ ਨਹੀਂ, ਇਹ ਸੰਸਕ੍ਰਿਤ ਪੂਰਵ ਦਾ ਸ਼ਬਦ ਨਹੀਂ। ਨਿਹਾਲ ਸ਼ਬਦ ਇਹ ਫਾਰਸੀ ਵਿੱਚੋਂ ਆਇਆ ਹੈ, ਤੇ ਯਾਦ ਰੱਖਿਓ ਸਭ ਤੋਂ ਜ਼ਿਆਦਾ ਨਿਹਾਲ ਸ਼ਬਦ ਅਸੀਂ ਸਿੱਖ ਵਰਤਨੇ ਇਸ ਲਈ ਕਰਨੇ ਨਾ, ਭਾਈ ਸਾਹਿਬ ਜੀ ਨੇ ਕੀਰਤਨ ਰਾਹੀਂ ਨਿਹਾਲ ਕੀਤਾ, ਤੁਹਾਨੂੰ ਹੁਣੇ ਇਹਨਾਂ ਨੇ ਪਾਠ ਕਰਕੇ ਨਿਹਾਲ ਕੀਤਾ। ਵੈਸੇ ਨਿਹਾਲ ਸ਼ਬਦ ਮੇਰੀ ਗੱਲ ਧਿਆਨ ਨਾਲ ਸੁਣਿਓ, ਇਹ ਲਫ਼ਜ਼ ਬੜੇ ਡੂੰਘੇ ਜੇ, ਇਹ ਐਵੇਂ ਸੱਟ ਪਾਉਣ ਵਾਲੇ ਨਹੀਂ। ਨਿਹਾਲ ਉਹ ਹੁੰਦਾ ਜਿਹਦੇ ਉੱਤੇ ਰੱਬ ਦੀ ਨਜ਼ਰ ਹੁੰਦੀ ਹੈ। ਨਜ਼ਰ ਤੋਂ ਬਿਨਾਂ ਕਦੀ ਕੋਈ ਨਿਹਾਲ ਨਹੀਂ ਹੋਇਆ ਜੀ, ਆਪਣੇ ਆਪ ਨਹੀਂ ਕੋਈ ਨਿਹਾਲ ਹੁੰਦਾ। ਦੇਖੋ ਆਪ ਜੀ ਜਪਜੀ ਸਾਹਿਬ ਪੜ੍ਹਦੇ ਹੋ, ਤੇ ਜਪਜੀ ਸਾਹਿਬ ਦੀ ਸੰਪੂਰਨਤਾ 38ਵੀਂ ਪੌੜੀ ਦੀ ਨਿਹਾਲ ਨਾਲ ਹੈ, ਤੇ ਨਿਹਾਲ ਉਹ ਹੁੰਦਾ ਜਿਹਦੇ ਉੱਤੇ ਰੱਬ ਜੀ ਦੀ ਨਜ਼ਰ ਹੁੰਦੀ ਹੈ। ਆਪਾਂ ਪਾਠ ਕਰਨੇ, ਜਿਨ ਕੋ ਨਦਰ ਕਰਮ ਤਿੰਨਕਾਰ ਨਾਨਕ ਨਦਰੀ ਨਦਰ ਨਿਹਾਲ। ਨਿਹਾਲ ਦਾ ਮੈਂ ਜੇ ਪਰਸ਼ੀਅਨ ਚੋਂ ਹਟ ਕੇ ਆਪਣੀ ਪੰਜਾਬੀ ਚਰਿਤ ਕਰਾਂ, ਨਿਹਾਲ ਦਾ ਅਰਥ ਹੈ ਜਿਹੜਾ ਬੰਦਾ ਸਰੀਰ ਦੀਆਂ ਇੰਦਰੀਆਂ ਕਰਕੇ, ਆਪਣੇ ਮਨ ਕਰਕੇ, ਆਪਣੇ ਆਤਮ ਕਰਕੇ ਪੂਰਨ ਤੌਰ 'ਤੇ ਸੰਤੁਸ਼ਟ ਹੋ ਗਿਆ ਹੈ, ਸਬਰ ਚਲਾ ਗਿਆ ਹੈ, ਜਿਹਨੂੰ ਕੋਈ ਫੁਰਨਾ ਵਾਸ਼ਨਾ ਦਾ ਉੱਠਦਾ ਹੀ ਨਹੀਂ, ਚੇਤੇ ਰੱਖਿਓ ਉਹ ਬੰਦਾ ਨਿਹਾਲ ਹੁੰਦਾ ਹੈ ਜਿਹੜਾ ਅੰਦਰੋਂ ਜੁੜ ਜਾਂਦਾ। ਬਾਣੀ 'ਚ ਬੜੇ ਸ਼ਬਦ ਨੇ, ਇਹ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ, ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਕਾਲ, ਨਿਹਾਲ 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 ਤਿੰਨ ਵਾਰੀ ਕਿਹਾ, ਬੜੀ ਵਾਰੀ ਬਾਣੀ ਸ਼ਬਦ ਹੈ। ਦੇਖੋ ਕਿੱਡਾ ਨਿਚੋੜ ਦੇ ਦਿੱਤਾ ਜੀ ਬਾਣੀ ਦਾ ਇਹ ਜਕਾਰੇ 'ਚ। ਬੋਲੇ ਜਿਹੜਾ ਵੀ ਬੋਲੇਗਾ ਸੋ ਉਹ ਨਿਹਾਲ ਹੋਵੇਗਾ, ਸੰਤੁਸ਼ਟ ਹੋਵੇਗਾ। ਕੀ ਬੋਲੇ ਜੀ? ਕਹਿਣ ਲੱਗੇ ਸੱਤ, ਸੱਤ ਦਾ ਅਰਥ ਜਿਹਨੇ ਕਦੀ ਖਤਮ ਨਹੀਂ ਹੋਣਾ। ਪਿਆਰਿਓ ਯਾਦ ਰੱਖਿਓ ਉਹ ਸੱਚ ਹੈ, ਸਾਰੀ ਦੁਨੀਆ ਜੋ ਕੋਈ ਦਿਸਦਾ ਇੱਕ ਦਿਨ ਸਮੇਟਿਆ ਜਾਏਗਾ, ਉਸ ਸੱਚ ਨੇ ਕਦੀ ਖਤਮ ਨਹੀਂ ਹੋਣਾ, ਕਿਉਂਕਿ ਸੱਚ ਨੂੰ ਦ੍ਰਿਸ਼ਟ ਮਾਨ ਦੀ ਮੁਥਾਜੀ ਨਹੀਂ ਹੈਗੀ। ਮੈਂ ਥੋੜ੍ਹਾ ਸ਼ਬਦ ਡੂੰਘਾ ਕਿਹਾ, ਮੈਂ ਫਿਰ ਰਿਪੀਟ ਕਰੀ ਜਾਵਾਂਗਾ ਜੀ ਜਿੱਥੇ ਮੈਨੂੰ ਲੱਗੇ ਮੈਂ ਕੋਈ ਡੂੰਘੀ ਗੱਲ ਕਰਨ ਲੱਗਾ।
ਹੁਣ ਮੈਂ ਕਿਹਾ ਸੱਚ ਨੂੰ ਦ੍ਰਿਸ਼ਟ ਮਾਨ ਦੀ ਕੋਈ ਇਹ ਮੁਥਾਜੀ ਨਹੀਂ। ਇਹਦਾ ਕਾਰਨ ਜਦੋਂ ਆਹ ਸੰਸਾਰ ਨਹੀਂ ਸੀ, ਮੈਂ ਸੰਸਾਰ ਦੇ ਅਰਥ ਕੇਵਲ ਇਹ ਪਲੈਨਟ ਨਹੀਂ ਕਰਾਂਗਾ, ਗੁਰਬਾਣੀ ਮੁਤਾਬਕ ਇਸ ਪਲੈਨਟ ਦੀ ਕੀਮਤ ਤਾਂ ਇੱਕ ਰੇਤ ਦੇ ਕਣ ਜਿੰਨੀ ਹੈ। ਗੁਰਬਾਣੀ ਮੁਤਾਬਕ ਹੈ ਕੀ ਹੈ ਜੀ ਇਹ ਸਾਹਮਣੇ? ਆਹ ਜਦੋਂ ਤੁਸੀਂ ਗਿਆਨ ਖੰਡ ਪੜ੍ਹਦੇ ਹੋ, ਗਿਆਨ ਖੰਡ 'ਚ ਕੀ ਗਿਆਨਕ ਹੈ? ਉਹ ਵਿਸਮਾਦਕ ਹੈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਆਂ, ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ। ਇਹ ਨਹੀਂ ਕਿਹਾ 100 200, ਕੇਤੇ ਦਾ ਅਰਥ ਹੈ ਜਿਹਦੀ ਗਿਣਤੀ ਨਹੀਂ ਹੋ ਸਕਦੀ। ਮੈਂ ਫਿਰ ਅਰਜ਼ ਕਰਾਂਗਾ, ਕੇਤੇ ਲਫ਼ਜ਼ ਦੀ ਗਿਣਤੀ ਕੋਈ ਨਹੀਂ, ਕਈ ਕਈ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਨੇ। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼। ਮਹਾਰਾਜ ਕਹਿੰਦੇ ਜਿਸ ਸਪੇਸ ਤੂੰ ਰਹਿ ਰਿਹਾ ਨਾ, ਜਿਸ ਪਲੈਨਟ 'ਤੇ ਤੂੰ ਰਹਿ ਰਿਹਾ, ਪਤਾ ਨਹੀਂ ਉਹੋ ਜਿਹੀਆਂ ਕਿੰਨੀਆਂ ਕੁ ਧਰਤੀਆਂ, ਕਿੰਨੇ ਕੁ ਚੰਦਰਮਾ ਨੇ। ਮੈਂ ਇਸ ਕਰਕੇ ਕਿਹਾ ਇਹ ਜਿਹੜਾ ਸੱਤ ਹੈ ਇਹ ਉਦੋਂ ਵੀ ਸੀ ਜਦੋਂ ਨਹੀਂ ਸੀ ਕੋਈ ਬਣਿਆ। ਫਿਰ ਅਰਜ਼ ਹੈ ਜਦੋਂ ਸਭ ਕੁਝ ਸਮੇਟਿਆ ਜਾਏਗਾ ਨਾ, ਉਸ ਸੱਤ ਨੇ ਫਿਰ ਵੀ ਰਹਿਣਾ। ਜਿਹਨੂੰ ਆਪ ਸਭ ਤੋਂ ਪਹਿਲਾਂ ਬਾਣੀ 'ਚ ਪੜ੍ਹਦੇ ਹੋ ਆਦ ਸੱਚ, ਇਹ ਤਾਂ ਸਾਰੇ ਪੜ੍ਹਨੇ ਆ ਨਾ ਜੀ। ਆਦ ਸੱਚ ਦਾ ਅਰਥ, ਆਦ ਦਾ ਵੈਸੇ ਸੀ ਲਫ਼ਜ਼ ਵਰਤਨੇ ਆ ਜੀ ਪੰਜਾਬੀ 'ਚ, ਮੁੱਢ, ਸ਼ੁਰੂ, ਆਰੰਭਤਾ। ਪਰ ਇੱਥੇ ਮੈਂ ਅਰਜ਼ ਕਰਾਂ, ਇੱਥੇ ਆਦ ਦਾ ਅਰਥ ਰੱਬ ਲਈ ਨਹੀਂ, ਕਿਉਂਕਿ ਜੇ ਪਰਮਾਤਮਾ ਦਾ ਆਦ ਹੋਵੇਗਾ ਤੇ ਉਹਦਾ ਅੰਤ ਬਣੇਗਾ, ਉਹ ਸਮੇਂ 'ਚ ਵੱਜੂਗਾ। ਆਦ ਸੱਚ ਤੋਂ ਭਾਵ ਜਦੋਂ ਕੁਛ ਵੀ ਨਹੀਂ ਸੀ ਇਸ ਸ੍ਰਿਸ਼ਟੀ ਦੇ ਆਦ ਵਿੱਚ ਵੀ ਉਹ ਸੱਚ ਸੀ, ਉਹ ਉਦੋਂ ਵੀ ਸੱਚ ਹੈ। ਇਹਨੂੰ ਤੁਸੀਂ ਪੰਜਵੀਂ ਪੌੜੀ 'ਚ ਪੜ੍ਹ ਸਕਦੇ ਹੋ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਆਦ ਸੱਚ ਉਹ ਉਦੋਂ ਵੀ ਸੱਚ ਨੇ ਜਦੋਂ ਕੁਛ ਨਹੀਂ ਬਣਿਆ ਸੰਸਾਰ ਦੇ ਆਦ ਵਿੱਚ, ਜੁਗਾਦ ਸੱਚ। ਹੁਣ ਸ੍ਰਿਸ਼ਟੀ ਬੜਾ ਸਮਾਂ ਪਹਿਲਾਂ ਬਣੀ, ਸਮੇਂ ਦੀ ਤੇ ਬੰਦੇ ਨੇ ਉਦੋਂ ਗਿਣਤੀ ਮਿਣਤੀ ਕੀਤੀ ਜਦੋਂ ਬੰਦਾ ਹੋਂਦ 'ਚ ਆਇਆ। ਤੇ ਅੱਜ ਕੱਲ੍ਹ ਸਮੇਂ ਉੱਤੇ ਇੰਨਾ ਕੁ ਕੰਮ ਕਰ ਰਹੇ ਨੇ ਸਾਇੰਸਦਾਨ। ਮੈਂ ਇੱਕ ਵਾਰ ਕਿਹਾ ਸੀ ਜੀ, ਵੇਖੋ ਇੱਕ ਛੋਟੀ ਜਿਹੀ ਕਿਤਾਬ ਹੈ ਦਾ ਬਰੀਫ ਹਿਸਟਰੀ ਆਫ ਟਾਈਮ, ਸਮੇਂ ਦਾ ਇਤਿਹਾਸ ਕੀ ਹੈ, ਸਮਾਂ ਕੀ ਹੈ। ਮੇਰੀ ਅਰਜ਼ ਹੈ ਪਰਮਾਤਮਾ ਜੁਗਾਦ ਮੀਨਸ ਜੁਗ ਆਦ, ਜੁਗਾਂ ਤੋਂ ਪਹਿਲਾਂ ਵੀ ਸੱਚ ਹੈ, ਉਹ ਟਾਈਮ ਤੋਂ ਪਹਿਲਾਂ ਵੀ ਸੱਚ ਹੈ। ਇਸੇ ਕਰਕੇ ਗੁਰਬਾਣੀ ਨੇ ਇੱਕ ਸ਼ਬਦ ਵਰਤਿਆ ਅਕਾਲ, ਅਕਾਲ ਦਾ ਅਰਥ ਟਾਈਮਲੈਸ, ਜਿਹਦੇ ਉੱਤੇ ਸਮਾਂ ਕਦੀ ਪ੍ਰਭਾਵ ਨਹੀਂ ਪਾਉਂਦਾ। ਆਦ ਸੱਚ, ਜੁਗਾਦ ਸੱਚ, ਜੁਗਾਦ ਮਤਲਬ ਹੋ ਗਿਆ ਜੁਗ ਦੇ ਆਦ ਤੋਂ, ਸਮੇਂ ਤੋਂ ਪਹਿਲਾਂ ਸੱਚ। ਤੇ ਬਾਬਾ ਜੀ ਕਹਿੰਦੇ ਸੱਚ ਪੁਰਾਣਾ ਥੋੜ੍ਹਾ ਹੋਇਆ, ਹੈ ਭੀ ਸੱਚ, ਉਹ ਅੱਜ ਵੀ ਹੈ। ਅੱਗੇ ਮਹਾਰਾਜ ਕਹਿੰਦੇ ਨਾਨਕ ਹੋਸੀ ਭੀ ਸੱਚ, ਜਦੋਂ ਅਸੀਂ ਚਲੇ ਜਾਵਾਂਗੇ ਉਸ ਸੱਚ ਨੇ ਫਿਰ ਵੀ ਰਹਿਣਾ। ਇਸ ਕਰਕੇ ਨਿਹਾਲ ਕੌਣ ਹੋਏਗਾ? ਸਭ ਤੋਂ ਪਹਿਲਾਂ ਉਹ ਜਿਹੜਾ ਸੱਚੇ ਵਾਹਿਗੁਰੂ ਨੂੰ ਬੋਲੇਗਾ। ਫਿਰ ਬੇਨਤੀ, ਬੋਲੇ ਸੋ ਨਿਹਾਲ, ਕੀ ਬੋਲੇ? ਸੱਤ। ਅੱਗੇ ਸ਼ਬਦ ਹੈ ਸ੍ਰੀ, ਸ੍ਰੀ ਮੀਨਜ ਵੈਸੇ ਉਂਝ ਕਈ ਸੱਜਣ ਸ੍ਰੀ ਦਾ ਅਰਥ ਲਕਸ਼ਮੀ ਵੀ ਕਰਦੇ ਆ, ਇੱਥੇ ਸ੍ਰੀ ਦਾ ਅਰਥ ਹੈ ਸ਼੍ਰੋਮਣੀ, ਜਿਸ ਤੋਂ ਵੱਡਾ ਕੋਈ ਨਹੀਂ। ਸੱਤ ਸ੍ਰੀ, ਅੱਗੇ ਹੈ ਅਕਾਲ, ਜਿਹਦੇ 'ਤੇ ਕੋਈ ਸਮਾਂ ਪ੍ਰਭਾਵ ਨਹੀਂ ਪਾਉਂਦਾ, ਅਸੀਂ ਸਮੇਂ ਦੇ ਅਧੀਨ ਹਾਂ ਜੀ, ਇਕੱਲੇ ਆਪਾਂ ਨਹੀਂ। ਗੁਰਬਾਣੀ ਮੁਤਾਬਕ ਜਿਹੜਾ ਸੂਰਜ ਦੇਖਦੇ ਹੋ ਇਹ ਵੀ ਸਮੇਂ 'ਚ ਵੱਜਾ, ਜਿਹੜਾ ਚੰਦਰਮਾ ਇਹ ਵੀ ਸਮੇਂ 'ਚ ਵੱਜਿਆ। ਦ੍ਰਿਸ਼ਟਮਾਨ ਕੋਈ ਚੀਜ਼ ਨਹੀਂ ਜਿਹੜੀ ਸਮੇਂ 'ਚ ਨਹੀਂ ਵੱਜੀ, ਇਹ ਗੱਲ ਵੱਖਰੀ। ਕਿਸੇ ਨੇ 4 ਯੁੱਗਾਂ ਬਾਅਦ ਮਰ ਜਾਣਾ, ਕਿਸੇ ਨੇ ਹਜ਼ਾਰਾਂ ਯੁੱਗਾਂ ਬਾਅਦ ਮਰਨਾ, ਪਰ ਸਮੇਂ 'ਤੇ ਸਾਰੇ ਵੱਜੇ ਨੇ ਨਾ। ਅਕਾਲ ਦਾ ਅਰਥ ਹੈ ਜਿਹਦੇ ਉੱਤੇ ਟਾਈਮ ਕੋਈ ਪ੍ਰਭਾਵ ਨਹੀਂ ਪਾਉਂਦਾ, ਉਹ ਸਮੇਂ ਦੇ ਅਧੀਨ ਹੈ ਹੀ ਨਹੀਂ। ਵੇਖੋ ਕਿੱਡੇ ਕਮਾਲ ਦਾ
ਸਿਧਾਂਤ ਦੇ ਦਿੱਤਾ। ਮੈਂ ਕਹਿੰਦਾ ਕਿਸੇ ਬੰਦੇ ਨੂੰ ਇਹ ਖੁੱਲ੍ਹ ਕੇ ਸਮਝਾਈਏ ਨਾ ਵੀ ਆਪਾਂ ਜਿਹੜੇ ਜਕਾਰੇ ਛੱਡ ਰਹੇ ਹਾਂ ਇਹਦੇ 'ਚ ਰਮਜ ਕੀ ਫਿਲੋਸਫੀ ਹੈ। ਜੋ ਬੋਲੇਗਾ ਉਹ ਨਿਹਾਲ ਹੋਵੇਗਾ, ਕਿਹਨੂੰ ਬੋਲੇ, ਉਸ ਪਰਮਾਤਮਾ ਨੂੰ ਜੋ ਸੱਚ ਹੈ ਅਤੇ ਜਿਹੜਾ ਸਭ ਤੋਂ ਵੱਡਾ ਹੈ। ਇਹ ਦੋ ਗੱਲਾਂ ਮੇਰੀ ਬੇਨਤੀ ਹੈ, ਹੋ ਸਕਦਾ ਲਾਈਵ ਕਿਤੇ ਸੁਣੀਆਂ ਵੀ ਹੋਣ ਬੋਲਦਿਆਂ, ਪਰ ਜੇ ਨਾ ਵੀ ਸੁਣੀਆਂ ਹੋਣ ਪਲੀਜ਼ ਇਹ ਜ਼ਰੂਰ ਨੋਟ ਕਰਿਓ ਕਿ ਗੁਰਦੁਆਰੇ ਵਿੱਚ ਇਹ ਦੋ ਚੀਜ਼ਾਂ ਆਪਾਂ ਕਿਉਂ ਕਹਿੰਦੇ, ਇਹਦੇ ਬਹੁਤ ਡੂੰਘੇ ਅਰਥ ਨੇ। ਆਓ, ਮੈਂ ਫਤਿਹ ਨਹੀਂ ਸੀ ਅਜੇ ਬੁਲਾਈ ਕਿਉਂਕਿ ਸਾਡੀ ਆਰੰਭਤਾ ਫਤਿਹ ਹੈ, ਮੈਂ ਸਮੇਂ 'ਚ ਹੀ ਸਮਾਪਤੀ ਕਰਾਂਗਾ। ਗੁਰੂ ਬਖਸ਼ੀ ਫਤਿਹ, ਅਦਬ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਸ਼ਬਦ, ਗੁਰੂ ਸੰਗਤ ਸ਼ਬਦ, ਸੰਤ ਸੰਗਤ ਸ਼ਬਦ, ਇਕੱਲਾ ਸੰਗਤ ਸ਼ਬਦ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਵਰਤਿਆ ਹੈ। ਆਪ ਰਹਿ ਰਸ ਦਾ ਪਾਠ ਕਰਦੇ ਹੋ, ਸਤਿਗੁਰਾਂ ਦਾ ਇੱਕ ਬਚਨ, ਮੇਰੇ ਮਾਧੋ ਜੀ, ਜੋ ਭਾਈ ਸਾਹਿਬ ਥੋੜ੍ਹੇ ਸ਼ਬਦਾਂ 'ਚ ਬੋਲ ਕੇ ਗਏ, ਮੇਰੇ ਮਾਧੋ ਜੀ, ਮਾਧੋ ਦਾ ਅਰਥ ਮਾਇਆ ਦਾ ਪਤੀ ਪਰਮਾਤਮਾ, ਹੇ ਮੇਰੇ ਪ੍ਰਭੂ ਜੀ, ਸੱਤ ਸੰਗਤ ਮਿਲੇ ਸੋ ਤਰਿਆ, ਸੌਖੇ ਅਰਥ ਨੇ, ਜਿਹੜਾ ਸੱਤ ਸੰਗਤ ਵਿੱਚ ਮਿਲੇਗਾ ਉਹ ਤਰੇਗਾ। ਮੇਰੇ ਮਾਧੋ ਜੀ, ਸੱਤ ਸੰਗਤ ਮਿਲੇ ਸੋ ਤਰਿਆ। ਅੱਗੇ ਹੈ ਗੁਰ ਪ੍ਰਸਾਦ, ਗੁਰ ਦਾ ਅਰਥ ਸਤਿਗੁਰੂ, ਪ੍ਰਸਾਦ ਦਾ ਅਰਥ ਕਿਰਪਾ, ਗੁਰ ਪ੍ਰਸਾਦ, ਗੁਰੂ ਗ੍ਰੇਸ, ਗੁਰ ਪ੍ਰਸਾਦ ਪਰਮ ਪਦ ਪਾਇਆ, ਪਰਮ ਦਾ ਅਰਥ ਵੱਡਾ, ਪਦ ਅਰਥ ਪਦਵੀ। ਜਿਹੜਾ ਸੱਤ ਸੰਗਤ ਵਿੱਚ ਆਵੇਗਾ ਉਹਨੂੰ ਗੁਰੂ ਕਿਰਪਾ ਮਿਲੇਗੀ, ਗੁਰੂ ਕਿਰਪਾ ਨਾਲ ਉਹ ਰੁਖਾਨੀਅਤ ਦੇ ਸਪਿਰਚੁਅਲ ਤੌਰ 'ਤੇ ਬਹੁਤ ਉੱਚੀ ਪਦਵੀ 'ਤੇ ਜਾਏਗਾ। ਅਤੇ ਸੱਤ ਸੰਗਤ ਵਿੱਚ ਇੰਨੀ ਤਾਕਤ ਹੈ ਉਹ ਸੁੱਕੇ ਹੋਏ ਬੰਦਿਆਂ ਦੇ ਅੰਦਰ ਨੂੰ ਖਰਿਆਂ ਕਰ ਦਿੰਦੀ ਹੈ। ਇਹ ਪਾਠ ਅਸੀਂ ਰੋਜ਼ ਕਰਨੇ ਕਿ ਮੇਰੇ ਮਾਧੋ ਜੀ, ਸੱਤ ਸੰਗਤ ਮਿਲੇ ਸੋ ਪਰ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸਟ, ਕਾਸਟ ਦਾ ਅਰਥ ਵੈਸੇ ਲੱਕੜ ਹੁੰਦਾ, ਸੁੱਕੇ ਹੋਏ ਹਿਰਦੇ ਜਿਹੜੇ ਨੇ ਉਹ ਸੰਗਤ ਹਰਿਆਂ ਕਰ ਦਿੰਦੀ। ਆਹੋ ਥੋੜ੍ਹਾ ਜਿਹਾ ਅਸੀਂ ਬਾਣੀ 'ਚੋਂ ਦੇਖਾਂਗੇ। ਆਪਾਂ ਜਦੋਂ ਸੰਗਤ 'ਚ ਬੈਠਦੇ ਹਾਂ, ਇਕੱਲਾ ਗੁਰਦੁਆਰੇ 'ਚ ਨਹੀਂ, ਕਿਤੇ ਵੀ ਬੈਠੋ, ਬਾਹਰ ਬੈਠੋ, ਚਾਰ ਬੰਦਿਆਂ 'ਚ ਬੈਠੋ, ਜਿਹੋ ਜੇ ਬੰਦਿਆਂ ਦਾ ਆਪਾਂ ਸੰਗਤ ਕਰਾਂਗੇ, ਇਹ ਕਹੀ ਜੀ ਅਸਰ ਨਹੀਂ, ਬਿਲਕੁਲ ਝੂਠ ਹੈ। ਜਿਹੋ ਜੀ ਬਿਰਤੀ ਵਾਲੇ ਲੋਕਾਂ ਕੋਲ ਰੋਜ਼ ਬਹਾਂਗੇ, ਉਹਨਾਂ ਦੀ ਬਿਰਤੀ ਦਾ ਅਸਰ ਸਾਡੇ ਮਾਨਸਿਕ ਪੱਧਰ 'ਤੇ ਜ਼ਰੂਰ ਹੋਏਗਾ। ਹੋ ਹੀ ਨਹੀਂ ਸਕਦਾ ਇਹ ਹੋਵੇ ਨਾ, ਉਹ ਅਵਸ਼ ਹੁੰਦਾ। ਸਤਿਗੁਰਾਂ ਨੇ ਬਾਣੀ 'ਚ ਕੁਝ ਪ੍ਰਮਾਣ ਦਿੱਤੇ, ਮੈਂ ਬੜੇ ਸਰਲ ਜਿਹੀਆਂ ਉਦਾਹਰਣਾਂ ਲਵਾਂਗਾ। ਆਪਾਂ ਤਾਂ ਇਨਸਾਨ ਹਾਂ ਨਾ, ਸਾਡੇ 'ਚ ਚੇਤਨਾ ਕੰਮ ਕਰਦੀ, ਆਪਾਂ ਸਮਝਦੇ ਹਾਂ, ਬੋਲਦੇ ਹਾਂ। ਆਹ ਤੁਸੀਂ ਦੇਖੋ, ਤੁਹਾਡੇ ਚਾਰ ਚੁਫੇਰੇ 'ਤੇ ਚਲੋ ਖੇਤੀ ਕਰਦੇ ਹੋ, ਮੈਂ ਪੰਜ ਚਾਰ ਉਦਾਹਰਣਾਂ ਲਈਆਂ ਨੇ। ਆਹ ਜਿਹੜੇ ਬਾਹਰ ਦੀ ਬਨਸਪਤੀ 'ਚ ਰੁੱਖ ਕਹਿੰਦੇ ਹਾਂ ਨਾ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਵੈਸੇ ਬੜੇ ਰੁੱਖਾਂ ਦਾ ਜ਼ਿਕਰ ਹੈ, ਪਰ ਦੋ ਰੁੱਖ ਐਸੇ ਨੇ ਜਿਹੜੇ ਸੰਗਤ ਦਾ ਅਸਰ ਬਹੁਤ ਕਬੂਲਦੇ ਆ। ਦੋ ਰੁੱਖ, ਜਿਹੜਾ ਬ੍ਰਿਕਸ਼ ਹੈ ਉਹ ਸੰਗਤ ਦਾ ਅਸਰ ਕਬੂਲਦਾ ਗੁਰੂ ਗ੍ਰੰਥ ਸਾਹਿਬ ਵਿੱਚ। ਇੱਕ ਰੁੱਖ ਹੈ ਚੰਦਨ, ਤੁਸੀਂ ਬੜੀ ਵਾਰੀ ਪੜ੍ਹਿਆ ਚੰਦਨ ਦੇ ਰੁੱਖ ਦਾ ਜ਼ਿਕਰ ਹੁੰਦਾ। ਭਾਰਤ ਵਿੱਚ ਸਾਡੇ ਮਾਲਿਆ, ਸਾਊਥ ਵਾਲੇ ਪਾਸੇ ਮਾਲਿਆ ਪਰਬਤ 'ਤੇ ਬੜੇ ਮਿਲਦੇ ਨੇ ਚੰਦਨ ਜੀ। ਹੁਣ ਚੰਦਨ ਦਾ ਰੁੱਖ ਜਿਹੜਾ ਹੈ, ਇਹਦਾ ਇੱਕ ਸੁਭਾਅ, ਇੱਕ ਹੁੰਦਾ ਬਾਵਨ ਚੰਦਨ, ਉਂ ਸਾਡੇ ਸੱਜਣ ਕਹਿੰਦੇ ਆ ਬਾਵਨ ਚੰਦਨ ਦਾ ਅਰਥ 52 ਉਂਗਲਾਂ ਨਾਲ ਕਰਦੇ ਨੇ, ਪਰ ਵੈਸੇ ਬਾਵਨ ਚੰਦਨ ਦਾ ਅਰਥ ਚਿੱਟੇ ਰੰਗ ਦਾ ਜਿਹੜਾ ਚੰਦਨ ਹੈ। ਹੁਣ ਉਹ ਚੰਦਨ 'ਚ ਸਮੈਲ ਹੈ ਨਾ ਜੀ, ਸੁਗੰਧੀ, ਅਤੇ ਪਰਮਾਤਮਾ ਨੇ ਪੈਦਾ ਕੀਤੀ, ਉਸ ਦੀ ਸੁਗੰਧੀ ਜਦੋਂ ਹਵਾ 'ਤੇ ਚੱਲਦੀ ਹੈ, ਉਂਝ ਨਹੀਂ, ਹਵਾ ਚੱਲੇ
ਉਸ ਹਵਾ ਜਦੋਂ ਸਪਰਸ਼ ਕਰਕੇ ਚੰਦਨ ਨੂੰ ਨਿਕਲਦੀ ਹੈ, ਕਮਾਲ ਦੀ ਗੱਲ, ਉਹਦੀ ਹਵਾ ਦੇ ਵਿੱਚ ਚੰਦਨ ਦੀ ਸੁਗੰਧੀ ਘੁਲ ਜਾਂਦੀ। ਜਿਵੇਂ ਆਹ ਪਿਛਲੇ ਸਾਲਾਂ ਆਪਾਂ ਦੇਖਦੇ ਨੀ, ਬਿਮਾਰੀ 'ਚ ਦਿਸਦਾ ਤਾਂ ਨਹੀਂ ਸੀ ਨਾ, ਪਰ ਡਰ ਤਾਂ ਸੀ। ਹੁਣ ਉਹ ਜਦੋਂ ਹਵਾ ਚੱਲਦੀ ਹੈ, ਉਹਦੇ ਵਿੱਚ ਚੰਦਨ ਦੀ ਸੁਗੰਧੀ ਚਲੀ ਜਾਂਦੀ ਹੈ, ਅਤੇ ਜਿਹੜਾ ਚੰਦਨ ਦੇ ਨੇੜੇ ਬੂਟਾ ਹੋਵੇ, ਉਸ ਹਵਾ ਨੇ ਉਸ ਸੁਗੰਧੀ ਨੂੰ ਚੁੱਕ ਕੇ, ਮੰਨ ਲਓ ਅਰਿੰਡ ਦਾ ਰੁੱਖ ਮਾਰੇ ਨੇ ਬਾਣੀ 'ਚ ਕਿਹਾ, ਅਰਿੰਡ ਆਪਣੇ ਬੜਾ ਹੁੰਦਾ ਸੀ ਜੀ ਪੰਜਾਬ 'ਚ, ਮੈਂ ਸਿੱਧੇ ਹੋਰ ਸ਼ਬਦ ਵਰਤਾਂ, ਕੰਡਿਆਂ ਵਾਲਾ ਉਹ ਕਿੱਕਰ ਲੈ ਲਓ। ਹੁਣ ਉਹ ਹਵਾ ਚੰਦਨ ਨੂੰ ਸਪਰਸ਼ ਕਰਕੇ ਨਿਕਲੀ, ਅਤੇ ਐਂ ਲੰਮੀਆਂ ਸੂਲਾਂ ਵਾਲਾ ਕੰਡਿਆਂ ਵਾਲਾ ਕਿੱਕਰ, ਉਹ ਹਵਾ ਉਹਦੇ ਵਿੱਚੋਂ ਨਿਕਲ ਗਈ। ਹੁਣ ਚੰਦਨ ਦੀ ਜਿਹੜੀ ਸੁਗੰਧੀ ਸੀ, ਉਹ ਕੰਡਿਆਂ ਵਿੱਚ ਵੀ ਆਉਣ ਲੱਗ ਪਈ। ਇਹਦਾ ਮਤਲਬ ਇੱਕ ਰੁੱਖ ਆਪਣੇ ਗੁਣ ਨੂੰ ਦੂਜੇ ਤੱਕ ਪਹੁੰਚਾ ਸਕਦਾ ਹੈ, ਉਹ ਚੇਤਨਾ, ਇੰਨੀ ਚੇਤਨਾ ਨਹੀਂ ਜਿੰਨੀ ਸਾਡੇ ਕੋਲ ਹੈ। ਮੈਂ ਪੰਜ ਚਾਰ ਉਦਾਹਰਣਾਂ ਦੇਣੀਆਂ ਨੇ, ਪਸ਼ੂ ਵੀ ਅਸਰ ਕਬੂਲਦਾ ਹੈ, ਪੰਛੀ ਵੀ ਅਸਰ ਕਬੂਲਦਾ ਹੈ, ਰੁੱਖ ਵੀ ਅਸਰ ਕਬੂਲਦਾ ਹੈ। ਪਿਆਰਿਓ ਯਾਦ ਰੱਖਿਓ, ਜਿਸ ਮਿੱਟੀ 'ਤੇ ਆਪਾਂ ਬਹਿੰਦੇ ਹਾਂ, ਮਿੱਟੀ ਵੀ ਅਸਰ ਕਬੂਲਦੀ ਹੈ। ਕਿਉਂ? ਮਹਾਰਾਜ ਜੀ ਨੇ ਕਿਹਾ ਵੀ ਤੁਸੀਂ ਇਕੱਠੇ ਹੋ, ਸਤ ਸੰਗਤ 'ਚ ਆਇਆ ਕਰੋ, ਤੁਸੀਂ ਸੰਗਤ 'ਚ ਬੈਠ ਕੇ ਨਾਮ ਜਪਿਆ ਕਰੋ। ਮੇਰੀ ਅਰਜ਼ ਹੈ, ਹੁਣ ਉਹ ਰੁੱਖ ਜਿਹਦੇ ਕੋਲ, ਜਿਹਦੀ ਨਸਲ ਹੀ ਇਹੋ ਜਿਹੀ ਹੈ ਕਿ ਉਹਦੇ ਵਿੱਚ ਸੁਗੰਧੀ ਨਿਕੇ, ਪਰ ਚੰਦਨ ਨੇ ਉਹਦੇ ਬਾਹਰ ਦੇ ਢਾਂਚੇ ਨੂੰ ਚੇਂਜ ਨਹੀਂ ਕੀਤਾ, ਸੂਲਾਂ ਨਹੀਂ ਤਬਦੀਲ ਹੋਈਆਂ, ਪਰ ਉਸ ਸੂਲਾਂ ਦੇ ਇੱਕ ਇੱਕ ਸੂਲ ਦੇ ਵਿੱਚ ਉਸ ਸੁਗੰਧੀ ਨੂੰ ਭਰ ਦਿੱਤਾ। ਇਹਦਾ ਮਤਲਬ ਇੱਕ ਗੁਣ ਵਾਲੇ ਰੁੱਖ ਨੇ ਦੂਜੇ ਨੂੰ ਆਪਣਾ ਗੁਣ ਦੇ ਦਿੱਤਾ। ਹੋ ਸੰਗਤੀ ਹੋ ਗਈ ਨਾ, ਉਹਨੇ ਆਪਣਾ ਗੁਣ ਦੇ ਦਿੱਤਾ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੈ, ਬੜੇ ਸੌਖੇ ਸ਼ਬਦ ਨੇ, ਕਬੀਰ ਚੰਦਨ ਕਾ ਬਿਰਵਾ ਭਲਾ। ਬਿਰਵਾ ਦਾ ਅਰਥ ਆਪਾਂ ਕਰਾਂਗੇ ਰੁੱਖ, ਚੰਦਨ ਦਾ ਰੁੱਖ ਚੰਗਾ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ਇਹ ਬੜਾ ਪੁਰਾਣਾ ਸ਼ਬਦ ਹੀ, ਢੱਕ ਪਲਾ, ਇਹ ਚੌੜੇ ਚੌੜੇ ਪੱਤਿਆਂ ਵਾਲੇ ਹੁੰਦੇ ਸਨ, ਪਲਾ ਅਤੇ ਢੱਕ, ਹੈ ਨਾ ਮਹਾਰਾਜ? ਦੇਖੋ ਪੁਰਾਣੇ ਸ਼ਬਦ ਵਰਤੇ ਨੇ। ਅਤੇ ਮੈਂ ਪਿਛਲੇ ਦਿਨੀ ਵੀ ਕਿਹਾ, ਭਾਵੇਂ ਸਾਡੇ ਬੱਚੇ ਅੱਜ ਕੱਲ੍ਹ ਅੰਗਰੇਜ਼ੀ ਪੜ੍ਹ ਰਹੇ ਆ, ਕੰਪਿਊਟਰ ਦਾ ਯੁੱਗ ਆ ਗਿਆ, ਖੇਡਾਂ ਪੁਰਾਣੀਆਂ ਮੁੱਕ ਗਈਆਂ, ਸ਼ਬਦਾਵਲੀ ਪੁਰਾਣੀ ਮੁੱਕ ਗਈ, ਪਰ ਪਿਆਰਿਓ ਤੁਸੀਂ ਰੋਜ਼ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਜੁਗੋ ਯੁੱਗ ਅਟਲ, ਅਤੇ ਜੁਗੋ ਯੁੱਗ ਅਟਲ ਨੂੰ ਅਰਥ ਕਰਨ ਲੱਗਿਆਂ ਤਾਂ ਸਾਨੂੰ ਪੰਜਾਬ ਦੀ ਪੁਰਾਤਨਤਾ ਨੂੰ ਸਮਝਣਾ ਪਏਗਾ। ਹੁਣ ਢੱਕ ਭਲਾ, ਮਹਾਰਾਜ ਜੀ ਕਹਿ ਰਹੇ ਨੇ ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਘਿਰਿਆ ਹੋਇਆ, ਬੇੜਿਓ ਢਾਕ ਪਲਾਸ। ਅੱਗੇ ਮਹਾਰਾਜ ਕਹਿੰਦੇ ਉਹੀ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਇਹ ਸਤਸੰਗਤ ਹੈ ਨਾ, ਇੱਕ ਰੁੱਖ ਆਪਣੇ ਨੇੜੇ ਢੱਕ ਪਲਾਹ ਨੂੰ ਚੇਂਜ ਕਰ ਜਾਂਦਾ ਜੀ। ਪਰਮਾਤਮਾ ਨੇ ਉਹਨੂੰ ਇੰਨੀ ਕੁ ਸਮਰੱਥਾ ਦਿੱਤੀ ਹੈ, ਆਪਣੀ ਸੁਗੰਧੀ ਦੂਜੇ ਤੱਕ ਪਹੁੰਚਾ ਦਿੰਦਾ। ਦੂਜੀ ਗੱਲ, ਜਿਵੇਂ ਆਪਾਂ ਕਹਿੰਦੇ ਚੰਗੇ ਬੰਦੇ ਦੀ ਸੰਗਤ, ਚੰਗਾ ਰੁੱਖ ਦੂਜੇ ਨੂੰ ਗੁਣ ਦੇ ਜਾਂਦਾ ਹੈ, ਮਾੜਾ ਰੁੱਖ ਦੂਜੇ ਨੂੰ ਖਤਮ ਕਰ ਜਾਂਦਾ। ਹੁਣ ਇੱਕ ਰੁੱਖ ਹੋਰ ਗੁਰੂ ਗ੍ਰੰਥ ਸਾਹਿਬ 'ਚ ਆਇਆ, ਉਹ ਵੀ ਸਾਡੇ ਪੰਜਾਬ ਦਾ ਜੀ, ਹਾਂ ਬੇਰੀ। ਮਹਾਰਾਜ ਜੀ ਦਾ ਵਚਨ ਹੈ, ਤੁਸੀਂ ਦੇਖੋ ਕੇਲੇ ਦਾ ਰੁੱਖ ਹੈ, ਉਹਦੇ ਪੱਤੇ ਕੋਮਲ ਨੇ ਨਾ। ਆਪਾਂ ਗੱਲ ਇੱਥੇ ਇੱਕ ਰੁੱਖਾਂ ਦੀ ਵਿਆਖਿਆ ਨਹੀਂ ਕਰ ਰਹੇ, ਆਪਾਂ ਪਹੁੰਚਣਾ ਇੱਥੇ ਵੇ ਕਿ ਗੁਰੂ ਗ੍ਰੰਥ ਸਾਹਿਬ ਉਦਾਹਰਨਾਂ ਦੇ ਦੇ ਕੇ ਸਮਝਾਉਂਦੇ ਨੇ, ਬੰਦਿਆ ਸਾਡੀ ਗੱਲ ਸਮਝ, ਤੇਰਾ ਅੰਦਰ ਚੇਂਜ ਹੋਵੇਗਾ ਸਤ ਸੰਗਤ ਵਿੱਚ ਹੀ ਜਾ ਕੇ। ਸਤ ਸੰਗਤ 'ਚ ਕਿਵੇਂ ਜਾਣਾ, ਉਹ ਵੀ ਆਪਾਂ ਥੋੜ੍ਹਾ ਜਿਹਾ ਵੇਖਾਂਗੇ। ਹੁਣ ਬੇਰੀ ਦਾ ਰੁੱਖ, ਉਹਦੇ ਕੰਡੇ ਤੁਹਾਨੂੰ ਪਤਾ ਟੇਢੇ ਅਤੇ ਤਿੱਖੇ ਹੁੰਦੇ ਆ, ਇਹ ਨੁਕੀਲੇ ਜਿਹੇ ਹੁੰਦੇ ਆ ਨਾ, ਅਤੇ ਟੇਢੇ ਅੱਗੋਂ। ਉਹ ਮਹਾਰਾਜ ਕਹਿੰਦੇ ਆ ਕੇਲਾ ਵਿਚਾਰਾ ਕੋਮਲ ਜਿਹਾ ਪੱਤੇ, ਕਹਿੰਦੇ ਜੇ ਕੇਲਾ ਬੇਰੀ ਦੇ ਰੁੱਖ ਨੇੜੇ ਕਿਤੇ ਹੋਵੇ, ਹਵਾ ਚੱਲੇ, ਹਵਾ ਦੋਨਾਂ ਨੂੰ ਚੱਲਦੀ ਪਈ, ਚੰਦਨ ਕੋਲੋਂ ਹਵਾ ਨਿਕਲੇ ਅਤੇ ਉਹ ਦੂਜੇ ਰੁੱਖ ਨੂੰ ਸੁਗੰਧੀ ਪਹੁੰਚਾਉਂਦਾ, ਅਤੇ ਹਵਾ ਚੱਲੇ ਬੇਰੀ ਦੀਆਂ ਟਾਹਣੀਆਂ ਹਿੱਲਣ,
ਤੇ ਨਾਲ ਉਹਦੇ ਕੇਲਾ ਹੋਵੇ, ਬੇਰੀ ਦਾ ਇੱਕ ਇੱਕ ਕੰਡਾ ਜਿਹੜਾ ਉਹ ਕੇਲੇ ਦੇ ਪੱਤਿਆਂ ਨੂੰ ਚੀਰ ਚੀਰ ਕੇ ਚਿਣੀ ਚਿਣੀ ਕਰ ਦਿੰਦਾ ਹੈ। ਤੇ ਮਹਾਰਾਜ ਕਹਿੰਦੇ ਜੇ ਇਹ ਕੇਲਾ ਚੰਦਨ ਨੇੜੇ ਉੱਗਿਆ ਹੁੰਦਾ ਤਾਂ ਹਵਾ ਦੋਨਾਂ ਕੋਲ ਲੰਘੀ, ਬੇਰੀ ਹਵਾ ਚ ਹਿਲਦੀ ਏ ਤੇ ਕੇਲੇ ਦਾ ਨਾਸ ਮਾਰਦੀ ਏ, ਤੇ ਚੇਤੇ ਰੱਖਿਓ ਚੰਦਨ ਕੋਲੋਂ ਹਵਾ ਲੰਘਦੀ ਏ ਤੇ ਉਹ ਕੰਡਿਆਂ ਵਾਲਿਆਂ ਨੂੰ ਵੀ ਸੁਗੰਧੀ ਜੀ ਜਾਂਦੀ ਹੈ। ਮਹਾਰਾਜ ਜੀ ਦਾ ਇੱਕ ਬਚਨ ਹੋਰ ਹੁੰਦਾ, ਉਹ ਬਚਨ ਹੈ ਕਬੀਰ ਮਾਰੀ ਮਰੂ ਕੁਸੰਗ ਕੀ। ਬੜੇ ਮੈਂ ਅਰਥ ਕਰੀ ਜਾਂਦਾ, ਕਹਿੰਦੇ ਨੇ ਮੈਂ ਇਸ ਤਰ੍ਹਾਂ ਨਹੀਂ ਸਾਂ ਮਰ ਸਕਦੀ, ਮੈਨੂੰ ਕੁਸੰਗ ਨੇ ਮਾਰ ਦਿੱਤਾ, ਭੈੜੀ ਸੁਸਾਇਟੀ ਨੇ ਮਾਰਤਾ ਜੇ ਸ਼ਬਦਾਵਲੀ ਵਰਤੋ। ਕਬੀਰ ਮਾਰੀ ਮਰੂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਬੇਰ ਦਰਤ ਬੇਰੀ, ਜਿਵੇਂ ਕੇਲੇ ਦੇ ਨੇੜੇ ਬੇਰੀ ਹੈ ਉਹ ਝੂਲੈ, ਬੇਰੀ ਆਪਣੀ ਮੌਤ ਚ ਝੂਲਦੀ ਹੈ ਉਹ ਚੀਰੀ ਹੈ, ਕੇਲਾ ਵਿਚਾਰਾ ਚੀਰਿਆ ਜਾਂਦਾ। ਤੇ ਅੱਗੇ ਬਾਬਾ ਜੀ ਕਹਿੰਦੇ ਸਾਕਤ ਸੰਗ ਨਾ ਹੇਰ, ਸਾਕਤ ਬੰਦੇ ਦੀ ਸੰਗਤ ਸੱਚੀ ਮੁੱਚੀ ਬੇਰੀ ਦੀ ਤਰ੍ਹਾਂ ਇਹ ਅੰਦਰ ਨੂੰ ਚੀਰ ਕੇ ਸੜ ਜਾਂਦੀ ਹੈ, ਤੇ ਗੁਰੂ ਕੀ ਸੰਗਤ ਐਸੀ ਜਿਹੜੀ ਚੰਦਨ ਦੀ ਤਰ੍ਹਾਂ ਕੰਡਿਆਂ ਵਾਲਿਆਂ ਨੂੰ ਵੀ ਸੁਗੰਧੀ ਭਰ ਦਿੰਦੀ ਹੈ। ਮੈਂ ਇਹਦਾ ਮਤਲਬ, ਕਿਉਂਕਿ ਅੱਜ ਤਾਂ ਬਹੁਤ ਕੋਈ ਰੁੱਖ ਇੱਕ ਦੂਜੇ ਦਾ ਅਸਰ ਕਬੂਲ ਰਿਹਾ, ਪਿਉਂਦ ਲੱਗਦੀ, ਤੁਹਾਨੂੰ ਪਤਾ ਇੱਥੇ ਤੁਹਾਡੇ ਇੱਕ ਇੱਕ ਰੁੱਖ ਨੂੰ ਕਈ ਤਰ੍ਹਾਂ ਦੇ ਫਲ ਲੱਗੀ ਜਾਂਦੇ, ਇੱਕੋ ਟਾਣੇ ਨੂੰ ਦੂਜਾ ਲੱਗਾ, ਇਹਦਾ ਮਤਲਬ ਸੰਗਤ ਕਰ ਰਿਹਾ, ਉਹਨੇ ਅਸਰ ਕਬੂਲ ਰਿਹਾ। ਮਹਾਰਾਜ ਕਹਿੰਦੇ ਆ ਰੁੱਖ ਵੀ ਸੰਗਤ ਦਾ ਅਸਰ ਕਬੂਲਦੇ ਨੇ। ਅਗਲੀ ਬੇਨਤੀ ਮੈਂ ਕਰਾਂਗਾ, ਆ ਜਿਹੜੇ ਪੰਛੀ ਨੇ ਇਹਨਾਂ 'ਚ ਚੇਤਨਾ ਨਹੀਂ? ਹਾਂ ਬਿਲਕੁਲ ਹੈ, ਇਹ ਵੀ ਸੰਗਤ ਦਾ ਅਸਰ ਕਬੂਲਦੇ ਨੇ ਭਾਈ। ਅਰ ਸੁਣਿਓ ਧਿਆਨ ਨਾਲ, ਇੱਕ ਪੰਛੀ ਦਾ ਜ਼ਿਕਰ ਤੇ ਵੈਸੇ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਨੇ, ਚਰਗਾਂ ਨੇ, ਕੁਈਆਂ ਨੇ, ਬਾਜ ਨੇ, ਮੁਰਗਾਬੀ ਦਾ ਜ਼ਿਕਰ ਹੈ, ਇੱਕ ਤੋਤੇ ਦਾ ਜ਼ਿਕਰ ਬੜੀ ਵਾਰੀ ਬਾਣੀ 'ਚ ਆਇਆ ਹੈ, ਉਹ ਪੰਛੀ ਦਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਇਤਿਹਾਸਕ ਘਟਨਾ, ਚਲੋ ਸੌਖਾ ਹੋ ਜਾਏਗਾ ਉਹਨੂੰ ਹੋਰ ਵਾਚਣਾ, ਇੱਕ ਸ਼ਬਦ ਹੈ ਗਨਕਾ ਗੁਰੂ ਗ੍ਰੰਥ ਸਾਹਿਬ 'ਚ, ਤੇ ਉਹ ਹੈ ਸੁਵਾ ਪੜਾਵਤ ਗਨਕਾ ਤਰੀ, ਭਗਤ ਨਾਮਦੇਵ ਜੀ। ਸੁਵਾ ਦਾ ਲਫ਼ਜ਼ੀ ਅਰਥ ਹੈ ਜੀ ਤੋਤਾ, ਤੋਤ ਵੀ ਸ਼ਬਦ ਆਇਆ ਤੇ ਸੁਵਾ ਵੀ ਆਇਆ, ਤੇ ਗੁਰੂ ਗ੍ਰੰਥ ਸਾਹਿਬ 'ਚ ਸੋਟਾ ਸ਼ਬਦ ਵੀ ਆਇਆ ਹੈ। ਹੁਣ ਇਹਦਾ ਅਰਥ ਹੈ ਤੋਤਾ, ਤੋ ਇਹ ਚਿੜੀਆਂ ਵਾਲੀ ਕਹਾਣੀ ਨਹੀਂ ਸਮਝਣੀ ਪਲੀਜ਼, ਗੁਰਬਾਣੀ 'ਚ ਜੋ ਬਚਨ ਨੇ ਨਾ ਇਹਨੂੰ ਸੁਖਿਰਤਾ ਨਾਲ ਸੁਣਨਾ ਆਪਾਂ। ਗਨਕਾ ਜਿਹਦਾ ਜੀਵਨ ਨਰਕ ਹੋ ਚੁੱਕਾ ਸੀ, ਸੱਚ ਹੈ ਉਹਦੇ ਕੋਲ ਪੈਸਾ ਸੀ, ਸਿਰਫ ਇਕੱਲੀ ਵਾਸ਼ਨਾ ਸੀ, ਪਰ ਵਾਰ ਵਾਰ ਗੁਰੂ ਗ੍ਰੰਥ ਸਾਹਿਬ 'ਚ ਉਹਦਾ ਜ਼ਿਕਰ ਆਉਂਦਾ ਹੈ। ਸਾਡਾ ਇਤਿਹਾਸ ਕਹਿੰਦਾ ਹੈ ਕਿ ਸਰਦੀ ਦੇ ਦਿਨ ਸਨ, ਗਨਕਾ ਦਾ ਘਰ ਸੀ ਬਹੁਤ ਸੋਹਣਾ, ਉੱਥੇ ਸਿਰਫ ਵਾਸ਼ਨਾ ਵਾਲੇ ਲੋਕ ਆਉਂਦੇ ਸਨ, ਵਿਸ਼ਈ ਬੰਦੇ, ਪੈਸੇ ਦੀ ਖਾਤਰ। ਉਸ ਘਰ ਕੋਈ ਗਾਹਕ ਨਹੀਂ ਆਇਆ ਉਦਨ, ਸਾਧੂ ਜੰਗਲ 'ਚ ਰਸਤਾ ਭੁੱਲ ਗਿਆ, ਬਾਰਿਸ਼ ਬਹੁਤ ਹੋਈ, ਉਹ ਭਿੱਜ ਗਿਆ, ਉਹਨੇ ਤੋਤਾ ਪਕੜਿਆ ਸੀ ਜੀ। ਹੁਣ ਇਹ ਕਹਾਣੀਆਂ ਸਾਰੀਆਂ ਨੇ ਪੁਰਾਣ ਵਿੱਚ, ਤੇ ਗੁਰੂ ਗ੍ਰੰਥ ਸਾਹਿਬ 'ਚ ਇਹਨਾਂ ਦੇ ਹਵਾਲੇ ਮਿਲਦੇ ਨੇ। ਅੱਜ ਸਾਡੀ ਪ੍ਰੋਬਲਮ ਇਹ ਵੇ, ਜਦੋਂ ਕੋਈ ਸੁਣਾਉਂਦਾ ਸੀ ਕਹਿੰਦੇ ਕਿੱਥੋਂ ਚੁੱਕ ਕੇ ਲੈਣ ਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀਏ ਸਭ ਕੁਝ ਪਤਾ ਮਿਲੇਗਾ ਖਜ਼ਾਨਾ ਕੀ ਹੈ। ਅੱਜ ਸਾਡੀ ਸੱਚੀ ਮੁਸ਼ਕਲ ਇਹ ਵੇ ਕਿ ਜਿਹੜਾ ਬੰਦਾ ਪਾਠ ਨਹੀਂ ਕਰਦਾ ਉਹ ਸਭ ਤੋਂ ਵੱਧ ਤਰਕ ਉਹ ਕਰ ਰਿਹਾ ਹੁੰਦਾ ਕਿ ਇਹ ਕਿਵੇਂ ਜੀ, ਕਿਉਂਕਿ ਆਪਣੀ ਬੁੱਧੀ ਨੂੰ ਆਖਰੀ ਸੱਚ ਨਾ ਬਣਾਈਏ, ਆਖਰੀ ਸੱਚ ਹੋਈਏ ਜੋ ਬਾਬਾ ਜੀ ਨੇ ਬਾਣੀ 'ਚ ਕਿਹਾ ਹੈ ਸਾਡੇ ਲਈ, ਸਿੱਖਾਂ ਲਈ। ਉਹਨੇ ਤੋਤਾ ਪਕੜਿਆ, ਪਿੰਜਰੇ ਸੀ ਜੀ, ਬਾਰਿਸ਼ ਨਾਲ ਠੰਡਾ, ਉਹਦੇ ਵਿਚਾਰੇ ਖੰਭ ਭਿੱਜ ਗਏ। ਉਹਨੇ ਦੇਖਿਆ ਸਾਹਮਣੇ ਦੀਵਾ ਬਰ ਰਿਹਾ, ਦਰਵਾਜ਼ਾ ਬੰਦ ਸੀ,
ਝੀਤ ਵਿੱਚੋਂ ਚਾਨਣ ਬਾਹਰ ਆਇਆ, ਸਾਧੂ ਚਲਾ ਗਿਆ। ਉਹਨੇ ਦਰਵਾਜ਼ਾ ਖੜਕਾਇਆ, ਅੰਦਰੋਂ ਸੱਚੀ ਮੁੱਚੀ ਗਹਿਣਿਆਂ ਦੀ, ਪੈਰਾਂ 'ਚ ਪਾਈਆਂ ਪਜੇਬਾਂ ਦੀ ਆਵਾਜ਼ ਆਈ। ਜਦੋਂ ਬੂਹਾ ਖੁੱਲ੍ਹਾ ਅਤੇ ਸਾਹਮਣੇ ਔਰਤ ਹਾਰ ਸ਼ਿੰਗਾਰ ਕਰਕੇ, ਉੱਥੇ ਸਾਧੂ ਦੀ, ਹੁਣ ਯਾਦ ਰੱਖਿਓ, ਹਰ ਬੰਦੇ ਦੀ ਬੋਡੀ ਦਾ ਔਰਾ ਦੂਜੇ 'ਤੇ ਅਸਰ ਕਰੇਗਾ। ਇਹ ਦਿਸਦਾ, ਇਹ ਫੈਮਿਲੀ 'ਚ ਵੀ ਹੈ। ਜੇ ਨੈਗੇਟਿਵ ਬੰਦਾ ਹੈ ਨਾ, ਤੇ ਤੁਸੀਂ 2 ਮਿੰਟ ਬੈਠ ਕੇ ਦੇਖੋ, ਨਾ ਵੀ ਬੋਲੇ, ਮਨ ਕਾਲਾ ਪੈਂਦਾ, ਉੱਠੋ ਇੱਥੋ ਏ, ਕਿਉਂਕਿ ਔਰਾ ਕੋਈ ਦਿਸਦਾ ਰਹਿੰਦਾ। ਹੁਣ ਉਹਨੇ ਸਾਧੂ ਨੂੰ ਦੇਖਿਆ, ਸਾਧੂ ਨੇ ਉਹਦੇ ਵੱਲ ਨਜ਼ਰ ਭਰ ਕੇ ਧੱਕਿਆ, ਪਰ ਉਹਦੀ ਨਜ਼ਰ 'ਚ ਵਾਸ਼ਨਾ ਨਹੀਂ ਸੀ। ਮਸਕੀਨ ਸਾਹਿਬ, ਇਹ ਗੱਲ ਮੈਂ, ਅਸੀਂ ਇਕੱਠੇ ਹੁੰਦੇ ਸਾਂ ਫ੍ਰੀ ਮੌਂਟ ਜਦੋਂ ਕਿਤੇ ਆਉਣਾ, ਇੱਕ ਵਾਰੀ ਉਹਨਾਂ ਗੱਲ ਕਹੀ ਸੀ, ਕਹਿੰਦੇ ਨੇ ਬੰਦਗੀ ਵਾਲਾ ਸਾਧੂ ਨਜ਼ਰ ਭਰ ਕੇ ਵੇਸ਼ਵਾ ਨੂੰ ਦੇਖੇ ਤੇ ਦੇਵੀ ਬਣ ਜਾਂਦੀ ਏ। ਅੰਦਰ ਦਾ ਬੇਈਮਾਨ ਤੇ ਕਰੈਕਟਰ ਡਿੱਗਾ ਹੋਇਆ, ਧਰਮ ਦਾ ਲਿਬਾਸ ਪਾ ਕੇ ਕਿਸੇ ਨੂੰ ਦੇਖੇ, ਉਹ ਦੇਵੀ ਨੂੰ ਵੇਸ਼ਵਾ ਬਣਾ ਦਿੰਦਾ। ਇਹ ਸ਼ਬਦ ਮੈਨੂੰ ਅੱਜ ਤੱਕ ਯਾਦ ਨੇ, 97 ਦੀ ਗੱਲ ਹੈ ਜੀ। ਉਸ ਸਾਧੂ ਨੇ ਨਜ਼ਰ ਭਰ ਕੇ ਦੇਖਿਆ, ਉਹਨੇ ਗੱਲ ਕਹੀ। ਮੀਂਹ ਪੈ ਰਿਹਾ, ਮੈਂ ਕਹਾਣੀ ਜਾਣ ਬੁੱਝ ਕੇ ਲਈ ਜੀ, ਗੱਲ ਸਮਝ ਪੈ ਜਾਏ। ਬਾਰਿਸ਼ ਸੀ, ਠੰਡ ਸੀ, ਠਰ ਰਹੇ ਨੇ। ਉਸ ਸਾਧੂ ਨੇ ਇੱਕੋ ਗੱਲ ਕਹੀ, ਪੁੱਤਰ, ਬੇਟਾ, ਮੈਂ ਰਸਤਾ ਭੁੱਲ ਗਿਆ, ਮੇਰਾ ਤੋਤਾ ਹੈ, ਰਾਹ ਸਾਨੂੰ ਲੱਭਦਾ ਨਹੀਂ, ਹਨੇਰਾ, ਮੀਂਹ ਪੈ ਰਿਹਾ, ਇੱਕ ਰਾਤ ਤੇਰੇ ਕੋਲ ਰਹਿ ਸਕਨੇ? ਉਹ ਔਰਤ ਸੁਣ ਕੇ ਚੁੱਪ ਕਰ ਗਈ, ਫਿਰ ਰੋ ਪਈ। ਸਾਧੂ ਨੇ ਕਿਹਾ, ਬੇਟਾ, ਮੈਂ ਤੈਨੂੰ ਕੋਈ ਲਫ਼ਜ਼ ਮਾੜਾ ਨਹੀਂ ਕਿਹਾ, ਮੈਂ ਸਿਰਫ ਇੰਨਾ ਹੀ ਕਿਹਾ ਕਿ ਸਰਦੀ ਬਹੁਤ ਹੈ, ਰਾਹ ਭੁੱਲ ਗਏ ਹਾਂ, ਜੇ ਤੈਨੂੰ ਚੰਗਾ ਨਹੀਂ ਲੱਗਾ ਤਾਂ ਮੈਂ ਵਾਪਸ ਜਾ ਸਕਣਾ। ਉਹ ਕਹਿੰਦੀ, ਮੈਂ ਰੋਈ ਇਸ ਕਰਕੇ ਨਹੀਂ ਕਿ ਤੁਸੀਂ ਮੈਨੂੰ ਕੋਈ ਅਪ ਸ਼ਬਦ ਕਿਹਾ, ਮੇਰਾ ਰੋਣ ਇਸ ਕਰਕੇ ਨਿਕਲ ਗਿਆ ਕਿ ਮੇਰੀ ਵਰਗੀ ਔਰਤ ਨੂੰ ਕੋਈ ਧੀ ਮੰਨਣ ਨੂੰ ਤਿਆਰ ਹੈ? ਤੁਸੀਂ ਦੇਖੋ ਜ਼ਿੰਦਗੀ ਪਲਟਦਿਆਂ ਕਿੰਨੀ ਕੁ ਦੇਰ ਲੱਗਦੀ। ਸਾਧੂ ਕਹਿੰਦਾ, ਗੱਲ ਤੂੰ ਕੀ ਕਹੀ? ਉਹ ਕਹਿੰਦੀ, ਅਸਲੀਅਤ ਇਸ ਬੂਹੇ 'ਚ ਵਾਸ਼ਨਾ ਦੇ ਮਾਰੇ ਆਉਂਦੇ ਨੇ, ਮੈਂ ਇੰਨੀ ਕੁ ਨਿਗਰ ਚੁੱਕੀ ਹਾਂ, ਅੱਜ ਕਈ ਸਾਲਾਂ ਬਾਅਦ ਮੇਰੇ ਕੰਨਾਂ 'ਚ ਆਵਾਜ਼, ਬੇਟਾ ਜਾਂ ਧੀ ਪਿਆ ਹੈ, ਮੈਨੂੰ ਤਾਂ ਧੀ ਦੀ ਨਜ਼ਰ ਨਾਲ ਕਈ ਸਾਲਾਂ ਬਾਅਦ ਮੇਰੇ ਪਿਓ ਤੋਂ ਬਾਅਦ ਕਿਸੇ ਨੇ ਦੇਖਿਆ, ਮੈਂ ਰੋਈ ਤਾਂ ਹਾਂ। ਸਾਧੂ ਦਾ ਮਨ ਭਰ ਆਇਆ, ਕਹਿਣ ਲੱਗੇ, ਪੁੱਤ, ਤੇਰਾ ਜੀਵਨ ਪਵਿੱਤਰ ਹੋ ਸਕਦਾ, ਮੇਰੀ ਗੱਲ ਮੰਨ ਲੈ। ਉਹ ਅੰਦਰ ਲੈ ਗਈ ਜੀ। ਇਹ ਮੈਂ ਬਾਣੀ 'ਚ ਅਰਜ਼ ਕਰ ਰਿਹਾ ਜੀ, ਮੈਂ ਤਾਂ ਕਿਹਾ ਪੰਛੀ ਅਸਰ ਕਬੂਲਦਾ। ਅੰਦਰ ਲੈ ਗਈ। ਸਾਧੂ ਨੇ ਕਿਹਾ, ਤੇਰਾ ਮਨ ਮੰਨਦਾ ਹੈ? ਮੈਂ ਸੱਚੀ ਮੁੱਚੀ ਗਲਤ ਹਾਂ ਪਿਆਰੇ, ਮੈਂ ਤੈਨੂੰ ਸੱਚੀ ਦੱਸਾਂ, ਕਿਸੇ ਦੀ ਲੋੜ ਨਹੀਂ। ਜਿੱਦਣ ਆਪਣੀ ਆਤਮਾ ਪੁਕਾਰ ਕੇ ਕਹਿਣਾ ਮੈਂ ਗਲਤੀ ਕੀਤੀ ਹੈ, ਤੇ ਚੋਖੀਆਂ ਅਰਦਾਸਾਂ ਨਾ ਕਰੋ, ਬਸ ਇੰਨੀ ਕਹਿ ਦਿਓ, ਕਲਗੀ ਵਾਲਿਆ ਮੈਨੂੰ ਬਖਸ਼ ਦੇ, ਤੈਨੂੰ ਸੱਚੀ ਦੱਸਾਂ, ਉਹ ਸ਼ਬਦ ਹੀ ਰੱਬ ਕਿਰਪਾ ਕਰੇ ਅੰਦਰ ਨੂੰ ਧੋ ਕੇ ਰੱਖ ਜਾਂਦਾ। ਰੱਬ ਕੋਈ ਲੱਛੇਦਾਰ ਸ਼ਬਦਾਵਲੀ ਨਹੀਂ ਸਮਝਦਾ, ਜੇ ਸਮਝਦਾ ਹੁੰਦਾ ਸਾਰੇ ਗਿਆਨੀਆਂ ਦੀ ਅਰਦਾਸ ਸੁਣੀ ਨਾ ਜਾਂਦੀ। ਮੈਨੂੰ ਬਖਸ਼ ਦਿਓ, ਜਿੰਨੇ ਅਸੀਂ ਬੋਲਨੇ ਆ, ਕਿੰਨੇ ਸ਼ਬਦ ਵੱਡੇ ਵੱਡੇ ਚੁਣ ਕੇ, ਨਹੀਂ, ਅਰਦਾਸ ਕਦੀ ਕਦੀ ਨਿਕਲਦੀ ਏ, ਜਿਸ ਸੀਨੇ ਚੋਂ ਨਿਕਲਦੀ ਰੱਬ ਦੇ ਦਰਵਾਜ਼ੇ ਤੋੜ ਦਿੰਦੀ ਹੈ। ਉਹਨੇ ਇਹ ਸ਼ਬਦ ਕਿਹਾ, ਪੁੱਤਰ, ਤੂੰ ਬਦਲ ਸਕਨੀ ਹੈ? ਕਹਿੰਦੀ, ਮੈਂ ਪਾਪ ਬਹੁਤ ਕੀਤਾ, ਮੇਰੀਆਂ ਅੱਖਾਂ 'ਚ, ਮੇਰੇ ਹਰ ਇੰਦਰੇ 'ਚ ਪਾਪ ਰਚਿਆ। ਕਹਿਣ ਲੱਗੇ, ਤੂੰ ਰਾਮ ਬੋਲ। ਉਹ ਕਹਿੰਦੀ, ਰਾਮ ਸ਼ਬਦ, ਜਿਹਦਾ ਜੀਵਨ ਹੀ ਇੰਨਾ ਨਰਕ ਹੋ ਚੁੱਕਾ, ਮੈਂ ਕਿਵੇਂ ਬੋਲਾਂ? ਉਹਨਾਂ ਕਿ ਇੱਕ ਕੰਮ ਕਰ, ਆ ਤੋਤਾ ਮੈਂ ਪਾਲਿਆ ਤੇ ਇਹ ਤੇ ਮੈਂ ਇਕੱਠੇ ਰਹਿੰਦੇ ਹਾਂ, ਜਦੋਂ ਮੈਂ ਸਵੇਰੇ ਉੱਠਣਾ, ਮੇਰੇ ਉੱਠਣ ਤੋਂ ਪਹਿਲਾਂ ਮੈਨੂੰ ਕਹਿੰਦਾ ਹੁੰਦਾ ਰਾਮ ਬੋਲ, ਜਦੋਂ ਮੈਂ ਕੋਲੋਂ ਲੰਘਣਾ, ਮੈਨੂੰ ਲੰਘਦਿਆਂ ਨੂੰ ਕਹਿੰਦਾ ਰਾਮ ਬੋਲ, ਕਹਿੰਦਾ ਸਿਖਾਇਆ ਮੈਂ ਹੀ ਹੈ,
ਤੇ ਮੈਂ ਇਸ ਕਰਕੇ ਸਿਖਾਇਆ ਵੀ ਮੈਨੂੰ ਬਹਿੰਦਿਆਂ ਉੱਠਦਿਆਂ ਲੰਘਦਿਆਂ ਭੁੱਲੇ ਨਾ, ਇਹ ਮੈਨੂੰ ਚੇਤੇ ਕਰਾ ਦਿੰਦਾ। ਤੇ ਪੁੱਤ ਇੱਕ ਕੰਮ ਕਰ, ਇਹ ਰਾਮ ਬੁਲਾਉਂਦਾ, ਤੂੰ ਇਹਦੇ ਨਾਲ ਬੋਲ, ਇਹ ਤੇਰੇ ਨਾਲ ਬੋਲੇ। ਚੇਤੇ ਰੱਖੀ, ਗੱਲ ਤੋਤੇ ਦੀ ਨਹੀਂ, ਗੱਲ ਰਾਮ ਸ਼ਬਦ ਦੀ ਏ। ਜੇ ਅੰਦਰ ਚਲਾ ਗਿਆ ਤੇ ਸਾਰੇ ਪਾਪ ਕੱਟੇ ਜਾਣਗੇ। ਭਾਈ ਗੁਰਦਾਸ ਸਾਹਿਬ ਦੇ ਮੁਤਾਬਕ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਉਸ ਰਿਸ਼ੀ ਨੇ ਸਾਧੂ ਕਹੋ ਉਹਨੇ ਤੋਤਾ ਦੇ ਦਿੱਤਾ। ਭਾਈ ਸਾਹਿਬ ਦਾ ਇੱਕ ਸ਼ਬਦ ਦੇ ਚਾਰ ਕੁ ਤੁਕਾਂ ਨੇ, ਤੁਸੀਂ ਕੀਰਤਨ 'ਚ ਵੀ ਕੀਤਾ ਹੋਣਾ, ਸੁਣਿਆ ਹੋਣਾ, ਗਣਕਾ ਪਾਪਨ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ। ਪੰਜਾਬੀ ਦੇ ਸ਼ਬਦ ਨੇ ਕਿ ਉਹਦੇ ਹਾਰ ਹੀ ਪਾਪਾਂ ਦਾ ਸੀ ਜੀ। ਮੇਰੀ ਫਿਰ ਧਿਆਨ ਨਾਲ ਸੁਣਿਓ, ਮੰਨ ਲਓ ਵਾਹਿਗੁਰੂ ਨਾ ਕਰੇ ਕਿਸੇ ਬੰਦੇ ਨੂੰ ਸਰੀਰਕ ਤੌਰ 'ਤੇ ਕੋਈ ਖੇਦ ਹੋ ਜਾਏ, ਡਿੱਗ ਪਵੇ, ਐਕਸੀਡੈਂਟ ਹੋ ਜਾਏ, ਆਪਾਂ ਲੰਘਦੇ ਕਹਿ ਬੰਦਾ ਬਚਾਓ, ਇਹ ਕਹਿੰਦੇ ਨਾ, ਇਸ ਨੂੰ ਸਿਸਟਮ ਕਹਿੰਦਾ। ਪਿਆਰਿਓ, ਸਰੀਰਕ ਤੌਰ 'ਤੇ ਡਿੱਗੇ ਹੋਏ ਨੂੰ ਜੇ ਬਚਾਉਂਦੇ ਹਾਂ ਨਾ, ਥੋੜ੍ਹਾ ਜਿਹਾ ਅੰਦਰ ਚਲੇ ਜਾਈਏ, ਜਿਹੜੇ ਜੀਵਨ ਪੱਖੋਂ ਵੀ ਡਿੱਗ ਪਏ ਆ ਨਾ, ਨਫ਼ਰਤ ਕਰਨ ਦੀ ਬਜਾਏ ਉਹਨਾਂ ਨੂੰ ਬਚਾਉਣ ਦਾ ਯਤਨ ਕਰੀਏ। ਉੱਥੇ ਦੁਰਮਤ ਦੇਖ ਹੈ, ਉਹਨਾਂ ਭੈੜੀ ਮਤ ਦੇਖੀ, ਉਹਨਾਂ ਕਿਹਾ ਬਚ ਸਕਦਾ, ਇਹ ਮਰੀਜ਼ ਹੈ, ਇਹਨੂੰ ਇਲਾਜ ਦੀ ਲੋੜ ਹੈ। ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋਸ ਤੋਤਾ, ਦਿੱਤੋਸ ਦਾ ਅਰਥ ਉਸ ਨੇ ਦਿੱਤਾ, ਉਹਨੇ ਤੋਤਾ ਦੇ ਦਿੱਤਾ। ਅੱਗੇ ਕੀ ਕੀਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਬਣ ਸੋਹਤਾ। ਉਹ ਇੱਕੋ ਗੱਲ ਕਹਿ ਗਿਆ, ਰਾਮ ਬੋਲ, ਰਾਮ ਬੋਲ। ਗੱਲ ਸਿਰਫ ਹੁਣ ਜਦੋਂ ਇਹ ਗੱਲ ਸ਼ੁਰੂਆਤ ਕਰਨੇ ਆ ਨਾ, ਇਹਦੇ ਬੜੇ ਡੂੰਘੇ ਅਰਥ ਹੈ। ਮੈਂ ਇੱਕ ਵਾਰ ਕਿਹਾ ਸੀ ਜੀ, ਉਹ ਅਸੀਂ ਨਿਆਣਿਆਂ ਨੂੰ ਤੁਸੀਂ ਇੱਥੇ ਪੜ੍ਹਾਉਂਦੇ ਹੋ ਜਾਂ ਅਸੀਂ ਕਿਸੇ ਸਕੂਲ ਜਾਂਦੇ ਹਾਂ, ਆਪਣੇ ਬੱਚੇ ਇੱਥੇ ਦੇਖੋ, ਤੁਸੀਂ ਸਟੋਰ ਜਾਂਦੇ ਹੋ ਅਤੇ ਜਿਹੜੀ ਚੀਜ਼ ਉਹਨੂੰ ਕਲਾਸ 'ਚ ਪੜ੍ਹਾਉਣੀ ਹੈ, ਉਹ ਮਾਈਆਂ ਉਹੋ ਜਿਹੇ ਖਿਡੌਣੇ ਉਹ ਲਾਉਣ ਲੱਗ ਪੈਂਦੀਆਂ, ਉਹ ਜੇ ਨਾ ਕੋਈ ਖਿਡੌਣੇ ਜਿਹੜਾ ਬੱਚਾ ਖੇਡਦਾ ਖੇਡਦਾ ਜਿਵੇਂ ਏ ਦੀ ਸਮਝ ਪੈ ਜਾਏ, ਬੀ ਦੀ ਪੈ ਜਾਏ, ਇਸ 'ਤੇ ਲਿਆਉਂਦੇ ਆ ਨਾ, ਉਹ ਸਾਉਂਡ ਦਿੰਦੇ ਨੇ। ਪਰ ਕੀ ਬੱਚੇ ਨੇ ਪੀ ਐੱਚ ਡੀ ਤੱਕ ਉਹ ਖਿਡੌਣਾ ਨਾਲ ਚੁੱਕੀ ਰੱਖਣਾ? ਨਹੀਂ ਨਾ, ਉਹਦੀ ਸ਼ੁਰੂਆਤ ਹੈ, ਅਜੇ ਉਹਨੂੰ ਸਮਝ ਨਹੀਂ। ਜਿੱਦਣ ਉਹ ਏ ਨੂੰ ਸਮਝ ਗਿਆ ਤੇ ਐਪਲ ਘਰ ਰਹਿ ਜਾਣਾ, ਬੀ ਨੂੰ ਸਮਝ ਗਿਆ ਉਹ ਬੈਟ ਜਾਂ ਬਾਲ ਕਹਿੰਦੇ ਹੁੰਦੇ ਸਾਡੇ ਹੁੰਦਿਆਂ, ਉਹ ਨਾਲ ਚੱਲਣਾ? ਨਹੀਂ ਪਿਆਰੇ, ਉਹਨਾਂ ਤੋਤਾ ਇਸ ਕਰਕੇ ਦਿੱਤਾ, ਇਹਦੀ ਸ਼ੁਰੂਆਤ ਹੈ। ਗੱਲ ਤੋਤੇ ਦੀ ਨਹੀਂ, ਤੋਤਾ ਛੁੱਟ ਜਾਣਾ ਜਿੱਦਣ ਨਾਮ ਅੰਦਰ ਚਲਾ ਗਿਆ। ਉੱਥੇ ਭਾਈ ਸਾਹਿਬ ਕਹਿੰਦੇ ਨੇ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੌਤਾ, ਅਗਲੀ ਤੋਕੇ ਲਿਵ ਲੱਗੀ ਤਿਸ ਤੋਤਿਓ। ਇਹਦਾ ਮਤਲਬ ਪੰਛੀ ਦੀ ਸੰਗਤ ਬੰਦੇ 'ਤੇ ਅਸਰ ਕਰ ਲੱਗੀ। ਲਿਵ ਲੱਗੀ ਤਿਸ ਤੋਤਿਓ, ਨਿੱਤ ਪੜ੍ਹਾਏ ਕਰੇ। ਅੱਗੇ ਹੈ ਅਸੋਤਾ, ਇਹ ਸੋਤਾ ਦਾ ਮਤਲਬ ਸੌਣਾ, ਐੜਾ ਗੇਤਰ ਲੱਗਾ ਅਸੋਤਾ, ਸੌਂਦੀ ਅੱਗੇ ਵੀ ਨਹੀਂ, ਅੱਗੇ ਵਾਸ਼ਨਾ ਕਰਕੇ ਨਹੀਂ ਸੌਂਦੀ, ਹੁਣ ਰਾਮ ਨਾਮ ਕਰਕੇ ਨਹੀਂ ਸੌਂਦੀ। ਮਹਾਰਾਜ ਕਹਿੰਦੇ ਨਿੱਤ ਪੜ੍ਹਾਏ ਕਰੇ ਅਸੋਤਾ। ਮੇਰੀ ਅਰਜ਼ ਹੈ, ਇੱਕ ਪੰਛੀ ਵੀ ਸੰਗਤ ਦਾ ਅਸਰ ਕਬੂਲਦਾ ਹੈ ਜੀ। ਇਹੋ ਜਿਹੇ ਤੋਤੇ ਨੂੰ ਕੋਈ ਗਾਲਾਂ ਸਿਖਾ ਦੇ, ਇਲਤੀ ਬੰਦੇ ਬੰਦੇ ਲੰਘਦੇ ਨੂੰ ਗਾਲਾਂ ਕੱਢੀ ਜਾਂਦਾ ਤੋਤਾ। ਇਸ ਮੈਂ ਦੇਖਿਆ ਬਿਦਰ, ਇਹ ਵਾਹਿਗੁਰੂ ਜੀ ਹਜ਼ੂਰ ਸਾਹਿਬ ਤੋਂ ਬਿਦਰ ਨੂੰ ਜਾਂਦਿਆਂ ਸ਼ਾਇਦ ਰਸਤੇ 'ਚ ਗੁਰਦੁਆਰਾ ਆਉਂਦਾ ਜੀ, ਬਾਬਾ ਨਿਧਾਨ ਸਿੰਘ ਹੋਣਾਂ ਦੇ ਬਣਾਇਆ, ਚਾਰ ਸਾਹਿਬਜ਼ਾਦਿਆਂ ਦੇ ਨਾਂ 'ਤੇ, ਸ਼ਾਇਦ ਤੁਸੀਂ ਗਏ ਹੋਵੋਗੇ। ਹਾਂਜੀ, ਉੱਥੇ ਬਾਜ ਨੇ ਅਤੇ ਤੋਤਾ ਵੀ ਹੈ। ਜਦੋਂ ਮੈਂ ਕਈ ਸਾਲ ਪਹਿਲਾਂ ਦੀ ਗੱਲ, ਜਦੋਂ ਬਾਜ ਕੋਲ ਜਾਂਦੇ ਹੋ ਨਾ, ਬਾਜਾਂ ਕੋਲ, ਉਹ ਸਾਨੂੰ ਪਤਾ ਨਹੀਂ ਕਿਸ ਤਰ੍ਹਾਂ ਸਿਖਾਇਆ, ਦਾੜਾ ਵੇਖ ਕੇ, ਕਿਰਪਾਨ ਵੇਖ ਕੇ ਇੱਕੋ ਦਮ ਬੋਲਣ ਲੱਗ ਪੈਂਦਾ, ਬੋਲੋ ਜੀ ਵਾਹਿਗੁਰੂ। ਉਹ ਜਿੰਨੇ ਸਿੰਘ ਲੱਗਦੇ ਨੇ, ਬੋਲੋ ਜੀ ਵਾਹਿਗੁਰੂ ਵਾਹਿਗੁਰੂ, ਹਾਲਾਂਕਿ ਉਹਨੂੰ ਸਮਝ ਕੋਈ ਨਹੀਂ ਵਾਹਿਗੁਰੂ ਕੀ ਹੈ, ਪਰ ਸਾਨੂੰ ਤਾਂ ਵਾਹਿਗੁਰੂ ਚੇਤੇ ਕਰਾ ਦਿੰਦਾ ਹੈ ਨਾ।
ਮੇਰੀ ਬੇਨਤੀ ਪਹਿਲੀ ਮਰਜ਼ ਕੀਤੀ ਰੁੱਖ ਇਹ ਸੰਗਤ ਦਾ ਅਸਰ ਕਬੂਲਦੇ ਆ। ਦੂਜੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਜੀ ਕਿ ਪੰਛੀ ਸੰਗਤ ਦਾ ਅਸਰ ਕਬੂਲਦੇ ਨੇ, ਬਿਲਕੁਲ ਕਬੂਲਦੇ ਆ। ਤੀਸਰੀ ਮੈਂ ਆਪ ਜੀ ਨੂੰ ਬੇਨਤੀ ਕਰਾਂ, ਆਹ ਜਿਹੜਾ ਪਾਣੀ ਹੈ ਗੁਰਬਾਣੀ ਮੁਤਾਬਕ ਪਾਣੀ ਸੰਗਤ ਦਾ ਅਸਰ ਕਬੂਲਦਾ ਬਹੁਤ ਜ਼ਿਆਦਾ। ਪੁੱਛੋ ਕੋਈ ਨਾ, ਜਿੰਨਾ ਪਾਣੀ ਅਸਰ ਕਬੂਲਦਾ ਇੰਨਾ ਹੋਰ ਕੋਈ ਲੀਕਵਿਡ ਅਸਰ ਨਹੀਂ ਕਬੂਲਦਾ। ਹੋ ਸਕਦਾ ਹੋਵੇ ਕੋਈ, ਪਾਣੀ 'ਤੇ ਬੜਾ ਅਸਰ ਹੈ। ਦੇਖੋ ਸੁਣੋ ਧਿਆਨ ਨਾਲ, ਮੇਰੀ ਗੁਰੂ ਗ੍ਰੰਥ ਸਾਹਿਬ 'ਚ ਦਾ ਜ਼ਿਕਰ ਹੈ, ਗੰਗਾ ਕਹਿ ਸੰਗ ਸਲਤਾ ਵਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਭਗਤ ਕਬੀਰ ਜੀ, ਗੰਗਾ ਆਪਾਂ ਸਮਝਦੇ ਉੱਥੇ ਚੱਲਣ ਵਾਲਾ ਦਰਿਆ, ਹੁਣ ਉਹ ਭਾਵੇਂ ਮੈਲਾ ਹੋ ਚੁੱਕਾ, ਸਾਨੂੰ ਪਤਾ ਗੰਗਾ ਦਾ ਥਾਂ ਥਾਂ 'ਤੇ ਪ੍ਰਦੂਸ਼ਣ ਬਹੁਤ ਹੈ, ਪਰ ਇਹਦਾ ਇਹ ਨਹੀਂ ਪੀਣ ਪਾ ਕੇ ਪੈ ਜਾਣਾ ਜੀ ਹੁਣ 'ਤੇ ਗੰਗਾ ਸੁੱਕ ਗਈ। ਇਹਦਾ ਸਿਰਫ ਸਿਧਾਂਤ ਲੈਣਾ ਕਿ ਵੱਡਾ ਨਿਰਮਲ ਦਰਿਆ ਮੈਲੇ ਪਾਣੀ ਨੂੰ ਚੇਂਜ ਕਰ ਦਿੰਦਾ ਆਪਣੇ ਵਿੱਚ ਮਿਲਾ ਕੇ, ਸਿਧਾਂਤ ਇਹ ਵੇ। ਹੁਣ ਉਹੀ ਪਾਣੀ ਆਪਾਂ ਘਰ 'ਚ ਵਰਤਦੇ ਹਾਂ, ਇਸ਼ਨਾਨ ਕਰਦੇ ਹਾਂ, ਹੁਣ ਉਹੀ ਪਾਣੀ ਕਿਉਂਕਿ ਇਹਦਾ ਜ਼ਿਕਰ ਬਾਣੀ 'ਚ ਹੈ, ਉਸੇ ਪਾਣੀ ਨੂੰ ਮੱਟ ਵਿੱਚ ਪਾ ਕੇ ਆਪਣੇ ਪਿੰਡਾਂ 'ਚ ਗੁੜ ਪਾ ਦਿੰਦੇ ਸਨ, ਕਿੱਕਰ ਦੇ ਸੱਕ ਪਾਉਂਦੇ ਸਨ ਜੀ, ਹੈ ਨਾ, ਉਹ ਚੱਲਣ ਲੱਗ ਪੈਂਦਾ ਸੀ। ਵਾਹਿਗੁਰੂ ਮੈਨੂੰ ਬਖਸ਼ ਦਿਓ, ਮੈਂ ਬਾਣੀ 'ਚੋਂ ਬੇਨਤੀ ਕਰ ਲੱਗਾ, ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈ ਗਏ। ਪਾਣੀ ਉਸੇ ਨਲਕੇ ਤੋਂ ਲਿਆ, ਮੱਟ 'ਚ ਪਾ ਕੇ ਗੁੜ ਪਾ ਦਿੱਤਾ, ਵਿੱਚ ਸੱਕ ਪਾ ਦਿੱਤੇ, ਉਹ ਆਵਾਜ਼ ਦੇਣ ਲੱਗ ਪੈਂਦਾ ਸੀ, ਪੁਰਾਣੇ ਲੋਕ ਦੱਸਦੇ ਸਨ, ਅਤੇ ਉਹਦੇ ਵਿੱਚੋਂ ਅਰਕ ਜਿਹੜਾ ਨਿਕਲਦਾ ਸੀ ਉਹਨੂੰ ਲੋਕ ਦਾਰੂ ਅਤੇ ਸ਼ਰਾਬ ਕਹਿੰਦੇ ਸਨ, ਉਹ ਮੱਤ ਮਾਰਦਾ ਸੀ। ਅਤੇ ਉਸੇ ਨਲਕੇ 'ਚੋਂ ਕੋਈ ਪਾਣੀ ਲੈ ਕੇ ਅੰਮ੍ਰਿਤ ਸੰਚਾਰ ਹੋਣਾ ਹੋਵੇ, ਪੈਂਦਾ ਉਹਦੇ ਵਿੱਚ ਵੀ ਮਿੱਠਾ ਹੈ, ਪਤਾਸੇ ਪੈਂਦੇ ਨਾ, ਪਾਣੀ ਤਾਂ ਪਾਣੀ ਉਹ ਪਹਿਲਾਂ ਪਾਣੀ ਹੈ, ਜਦੋਂ ਉਹਦੇ 'ਚ ਪਤਾਸੇ ਪਾ ਕੇ ਪੰਜ ਪਿਆਰੇ ਆਪਣੇ ਹੱਥ 'ਚ ਖੰਡਾ ਪਕੜ ਕੇ ਵਾਰ ਵਾਰ ਪੰਜੇ ਜਣੇ ਪੰਜ ਬਾਣੀਆਂ ਦਾ ਪਾਠ ਕਰਦੇ ਨੇ, ਯਾਦ ਰੱਖਿਓ ਪਾਣੀ ਬਾਣੀ ਦਾ ਅਸਰ ਕਬੂਲ ਕਰਦਾ ਹੈ, ਜਿਹਨੂੰ ਆਪਾਂ ਖੰਡੇ ਦੀ ਪੌਲ ਜਾਂ ਅੰਮ੍ਰਿਤ ਕਹਿ ਦਿੰਦੇ। ਹੈ ਤਾਂ ਪਾਣੀ ਨਾ ਜੀ, ਇੱਕ ਪਾਣੀ ਹੋਵੇ ਜਿਹੜਾ ਮਾੜੀ ਸੋਭਤ ਕਰਕੇ ਸੱਚੀ ਮੁੱਚੀ ਉਹ ਨਸ਼ਾ ਬਣ ਗਿਆ, ਇੱਕ ਪਾਣੀ ਹੋਵੇ ਜਿਹਦੇ ਪੀਣ ਦੇ ਨਾਲ ਬੰਦਾ ਨਸ਼ੇ ਤੋਂ ਮੁਕਤ ਹੋ ਜਾਂਦਾ ਹੈ, ਪਾਣੀ ਅਸਰ ਕਬੂਲਦਾ ਹੈ। ਅਗਲੀ ਹੋਰ ਬੇਨਤੀ, ਗੁਰੂ ਗ੍ਰੰਥ ਸਾਹਿਬ ਮੁਤਾਬਕ ਮੈਟਲ ਅਸਰ ਕਬੂਲਦਾ ਹੈ। ਆਹ ਮੈਟਲ ਜਿਹੜਾ ਹੈ, ਜਿਹੜੀ ਧਾਤ ਹੈ, ਮੈਂ ਹਰ ਗੱਲ ਬਾਣੀ 'ਚੋਂ ਕਰ ਰਿਹਾ, ਮੈਟਲ ਧਾਤ, ਗੁਰੂ ਗ੍ਰੰਥ ਸਾਹਿਬ 'ਚ ਅੱਠ ਧਾਤਾਂ ਚੇਂਜ ਹੋਣ ਦਾ ਜ਼ਿਕਰ ਕੀਤਾ ਹੈ, ਆਪ ਨੂੰ ਪਤਾ ਹੋਣਾ ਹੈ। ਸਿਰਫ ਇੱਕੋ ਇੱਕੋ ਚੀਜ਼ ਚੇਂਜ ਕਰ ਜਾਂਦੀ, ਜਿਹਨੂੰ ਆਪਾਂ ਪਾਰਸ ਕਹਿੰਦੇ ਹਾਂ। ਜੇ ਪਾਰਸ ਪਿੱਤਲ ਨੂੰ ਸੁਹਾ ਦਿਓ, ਸੋਨਾ ਬਣ ਜਾਂਦਾ। ਇਹ ਵੇਖੋ, ਉਦਾਹਰਣ ਦਾ ਇੱਕ ਪੱਖ ਲਈਦਾ ਹੁੰਦਾ ਹੈ, ਇਹ ਨਹੀਂ ਵੀ ਹੁਣ ਪਾਰਸ ਲੱਭ ਕੇ ਲਿਆਈਏ ਜੀ ਸਾਨੂੰ ਸਿੱਧ ਕਰੋ। ਇਹਦਾ ਸਿਰਫ ਇੰਨਾ ਕੁ ਮਤਲਬ ਹੈ ਕਿ ਪਾਰਸ ਦੀ ਵੱਟੀ ਪਿੱਤਲ ਨੂੰ, ਤਾਂਬੇ ਨੂੰ, ਲੋਹੇ ਨੂੰ, ਅੱਠ ਧਾਤਾਂ ਨੂੰ ਇਹ ਤਬਦੀਲ ਕਰਕੇ ਸੋਨਾ ਬਣਾ ਦਿੰਦੀ ਹੈ। ਇਹਦਾ ਮਤਲਬ ਮੈਟਲ ਵੀ ਸੰਗਤ ਦਾ ਅਸਰ ਕਬੂਲ ਰਿਹਾ ਹੈ। ਬਾਣੀ 'ਚ ਆਇਆ, ਪਾਰਸ ਕਹਿ ਸੰਗ ਤਾਂਬਾ ਵਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਮੇਰੀ ਅਰਜ਼ ਹੈ, ਮੈਟਲ ਅਸਰ ਕਬੂਲਦਾ, ਪੰਛੀ ਅਸਰ ਕਬੂਲਦੇ ਨੇ, ਪਾਣੀ ਅਸਰ ਕਬੂਲਦਾ, ਜਾਨਵਰ ਅਸਰ ਕਬੂਲਦੇ ਨੇ, ਪਿਆਰਿਓ ਇਨਸਾਨ ਕਿਉਂ ਨਹੀਂ ਅਸਰ ਕਬੂਲੇਗਾ? ਪਰ ਥੋੜ੍ਹਾ ਜਿਹਾ ਅੰਦਰੋਂ ਭਾਵਨਾ ਬਣਾ ਕੇ ਆ ਜਾਏ, ਮੈਂ ਸੱਤ ਸੰਗਤ ਵਿੱਚੋਂ ਕੁਝ ਲੈ ਕੇ ਆਉਣਾ ਹੈ। ਇੱਕ ਮੈਂ ਇਤਿਹਾਸ ਦੀ ਘਟਨਾ ਕਹਿ ਕੇ ਸੰਪੂਰਨਤਾ ਵੱਲ ਆਵਾਂਗਾ। ਸਿਆਲ ਦੇ ਦਿਨ ਸਨ, ਇਹ ਇਤਿਹਾਸ ਵਿੱਚੋਂ ਘਟਨਾ ਹੈ, ਅਤੇ ਨਾਲੇ ਗੁਰਦੁਆਰੇ ਜਦੋਂ ਵੀ ਬੰਦਾ ਆਵੇ ਇੱਕ ਆਸ ਕਰਕੇ ਆਈਏ, ਮੈਂ ਚੇਂਜ ਹੋ ਕੇ ਆਉਣਾ ਹੈ। ਗੁਰਦੁਆਰਾ ਗੁਰਮੁਖ ਗੁੱਸਾ ਨਾ ਕਰਿਓ, ਇੰਟਰਟੇਨਮੈਂਟ ਦਾ ਸਾਧਨ ਨਹੀਂ ਸੀ,
ਇਹ ਸਾਜ਼ ਤਾਂ ਖੇਡਣ ਦਾ ਸਾਧਨ ਨਹੀਂ। ਅੱਜ ਵੀ ਮੈਂ ਉੱਥੇ ਤੁਹਾਡੇ ਕੋਲ ਬੇਨਤੀ ਕਰਕੇ ਆਇਆ, ਗੁਰਦੁਆਰਾ ਅੰਦਰ ਦੀ ਮੈਲ ਧੋਣ ਦਾ ਸਾਧਨ ਹੈ। ਬਾਬਾ ਜੀ ਨੇ ਕਿਹਾ, ਭਾਂਡਾ ਅਤ ਮਲੀਨ ਧੋਤਾ ਹੱਛਾਂ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾਂ ਹੋਏ ਸੀ। ਅੰਦਰ ਨੂੰ ਧੋਣ ਵਾਸਤੇ ਹੈ। ਇਹ ਗੁਰਦੁਆਰਾ ਸ਼ਬਦ ਕਦੋਂ ਤੋਂ ਆਇਆ, ਇਹ ਵੀ ਥੋੜ੍ਹੀ ਅਰਜ਼ ਕਰਦੇ ਹੁਣ, ਜਿਵੇਂ ਆਪਾਂ ਵੀ ਗੁਰਦੁਆਰਾ ਸਾਹਿਬ ਵਰਤਨੇ ਆ। ਅਸਲ 'ਚ ਪਹਿਲਾਂ ਨਹੀਂ ਸੀ ਇਹ ਸ਼ਬਦ, ਜਿੱਥੇ ਗੁਰੂ ਨਾਨਕ ਸਾਹਿਬ ਜਾਂਦੇ ਸਨ ਨਾ ਜੀ, ਕਿਉਂਕਿ ਪਹਿਲਾਂ ਸਿੱਖ ਤਾਂ ਕੋਈ ਹੈ ਨਹੀਂ, ਜਿੱਥੇ ਵੀ ਗਏ, ਅਰਬ 'ਚ ਗਏ, ਚਾਹੇ ਸਾਊਥ ਵੱਲ ਗਏ, ਚਾਹੇ ਮਹਾਰਾਜ ਪੂਰਬ ਵੱਲ ਗਏ, ਉੱਥੇ ਕੀ ਕਰਦੇ ਸਨ, ਜਿਨ੍ਹਾਂ ਜਿਸ ਪਿੰਡ 'ਚ ਜਾਣਾ, ਸੰਗਤ ਨੇ ਕੀਰਤਨ ਸੁਣਨਾ, ਸੰਗਤ ਇਕੱਠੀ ਹੋਣੀ ਸ਼ੁਰੂ ਹੋ ਜਾਣੀ, ਅਤੇ ਕੁਝ ਦਿਨ ਰਹਿਣ ਤੋਂ ਬਾਅਦ ਜਦੋਂ ਮਹਾਰਾਜ ਜਾਂਦੇ ਸਨ, ਇਸ ਤਰ੍ਹਾਂ ਨਹੀਂ ਵੀ ਜਿਵੇਂ ਸੈਲਾਨੀਆਂ ਦੀ ਤਰ੍ਹਾਂ ਨਹੀਂ, ਅੱਜ ਅਸੀਂ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰਦੇ ਹਾਂ ਕਿ ਜਿਵੇਂ ਇੱਕ ਸੈਲਾਨੀ, ਜਿਵੇਂ ਟਰੈਵਲ ਕਰਨ ਵਾਲੇ, ਨਹੀਂ ਪਿਆਰਿਓ, ਟਰੈਵਲ ਕਰਨ ਵਾਲੇ ਤਾਂ ਕਈ ਬੰਦੇ ਲੰਘ ਜਾਂਦੇ ਆ, ਇੱਕ ਹੋਟਲ 'ਚ ਪਤਾ ਨਹੀਂ ਕਿੰਨੇ ਬੰਦੇ ਸਾਲ 'ਚ ਸੌਂ ਕੇ ਜਾਂਦੇ ਆ, ਹੋਟਲ ਕੋਈ ਤਬਦੀਲ ਹੁੰਦਾ ਦੇਖਿਆ। ਗੁਰੂ ਨਾਨਕ ਸਾਹਿਬ ਸੈਲਾਨੀ ਨਹੀਂ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਵਾ, ਪਿਆਰਿਓ ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਪਿਆਰਿਓ ਉਹ ਤਸੀਰ ਚੇਂਜ ਹੋ ਗਈ। ਪਹਿਲਾਂ ਜਦੋਂ ਮਹਾਰਾਜ ਨੇ ਜਾਣਾ, ਫਿਰ ਕਹਿਣਾ ਸਿੱਖੋ ਇੱਕ ਘਰ 'ਚ ਵਾਰੀ ਵਾਰੀ, ਜਿੰਨੇ ਕੁ ਸਿੱਖ ਬਣਨੇ ਤੁਸੀਂ ਵਾਰੀ ਵਾਰੀ ਸਵੇਰੇ ਸ਼ਾਮ ਇਕੱਠੇ ਹੋ ਕੇ ਕਿਰਤ ਕਰਕੇ ਸਵੇਰੇ ਸ਼ਾਮ ਭਜਨ ਬੰਦਗੀ ਪਾਠ ਕਰਿਆ ਕਰੋ, ਆਹ ਕਰਮ ਛੱਡ ਦਿਓ, ਆਹ ਕਰਮ ਕਰਨੇ ਨੇ, ਇਕੱਲੀ ਪੂਜਾ ਨਹੀਂ, ਨਾਲ ਮਰਿਆਦਾ ਦੱਸ ਕੇ ਗਏ। ਹੁਣ ਜਿਸ ਘਰ 'ਚ ਸੰਗਤ ਬਹਿੰਦੀ ਸੀ ਰੋਜ਼, ਉਹਦਾ ਪਹਿਲਾ ਨਾਮ ਪੈਂਦਾ ਹੁੰਦਾ ਸੀ ਛੋਟੀ ਸੰਗਤ। ਇਹ ਗੁਰਦੁਆਰਾ ਕਿਵੇਂ ਬਣਦਾ, ਛੋਟੀ ਸੰਗਤ, ਉੱਥੇ ਤਕਰੀਬਨ ਅੱਜ ਕਿਸੇ ਦੇ ਘਰ, ਕੱਲ੍ਹ ਕਿਸੇ ਦੇ ਘਰ, ਇੱਥੇ ਵੀ ਆਪਾਂ ਦੇਖਿਆ ਜਦੋਂ ਜਿੱਥੇ ਗੁਰਦੁਆਰੇ ਨਹੀਂ ਪਹਿਲਾਂ ਹੁੰਦੇ, ਫਿਰ ਘਰਾਂ 'ਚ ਸੰਗਤ ਹੁੰਦੀ, ਉਹਨੂੰ ਕਹਿੰਦੇ ਸਨ ਛੋਟੀ ਸੰਗਤ। ਫਿਰ ਜੀ ਇੱਕ ਥਾਂ ਲੈ ਲੈਣੀ, ਜਿਵੇਂ ਆਪ ਜੀ ਨੇ ਲਈ, ਉੱਥੇ ਸੰਗਤ ਆਉਣ ਲੱਗ ਪਈ, ਉਹਨੂੰ ਫਿਰ ਕਹਿੰਦੇ ਹੁੰਦੇ ਸਨ ਬੜੀ ਸੰਗਤ, ਉੱਥੇ ਇਕੱਠੇ ਹੋ ਕੇ ਬਹਿਣਾ। ਫਿਰ ਜਦੋਂ ਉਹ ਥਾਂ ਪੱਕੀ ਹੋ ਗਈ ਜੀ, ਸੰਗਤ ਦੇ ਨਾਂ ਹੋ ਗਈ, ਸਾਰੇ ਇਕੱਠੇ ਹੋਣ ਲੱਗੇ, ਅਨਿਵਾਰੀਆ ਹੋ ਗਿਆ। ਅਨਿਵਾਰੀਆ ਦਾ ਮਤਲਬ ਸਮਝਣਾ ਵੀ ਜ਼ਰੂਰੀ ਹੋ ਗਿਆ, ਕੰਪਲਸਰੀ ਹੈ ਕਿ ਇਸ ਪਿੰਡ ਵਿੱਚ, ਇਸ ਧਰਮਸ਼ਾਲਾ ਵਿੱਚ ਹਰ ਬੰਦੇ ਨੇ ਆਉਣਾ ਹੈ, ਸਵੇਰੇ ਸ਼ਾਮ ਆਉਣਾ ਪਏਗਾ ਪੱਕਾ। ਜਿੰਨੇ ਸਿੱਖਾਂ ਦੇ ਘਰ ਨੇ, ਬੱਚੇ ਬਜ਼ੁਰਗ, ਉਹਨੂੰ ਸੰਗਤ 'ਚ ਆਉਣਾ ਪਏਗਾ। ਜਿੱਥੇ ਬੜੀ ਸੰਗਤ ਹੋ ਜਾਏ, ਰੋਜ਼ਾਨਾ ਪੂਰੀ ਮਰਿਆਦਾ ਚੱਲਣ ਲੱਗ ਪਏ, ਉਹਨੂੰ ਫਿਰ ਕਿਹਾ ਜਾਂਦਾ ਸੀ ਪੱਕੀ ਸੰਗਤ। ਪਹਿਲਾਂ ਛੋਟੀ ਸੰਗਤ, ਫਿਰ ਬੜੀ ਸੰਗਤ, ਫਿਰ ਉਹਨੂੰ ਕਹਿੰਦੇ ਹੁੰਦੇ ਸਨ ਪੱਕੀ ਸੰਗਤ। ਉਸ ਤੋਂ ਬਾਅਦ ਜਿਹੜਾ ਸ਼ਬਦ ਸਿੱਖਾਂ ਵਿੱਚ ਆਇਆ ਉਹ ਸੀ ਧਰਮਸ਼ਾਲਾ, ਧਰਮਸ਼ਾਲਾ ਸ਼ਬਦ ਆਇਆ ਜੀ। ਅਤੇ ਗੁਰੂ ਰਾਮਦਾਸ ਉਹਨਾਂ ਦਾ ਇੱਕ ਬਚਨ ਹੈ, ਉਹ ਜਿਹਨੂੰ ਆਪਾਂ ਅੱਜ ਗੁਰਦੁਆਰਾ ਕਹਿ ਰਹੇ ਹਾਂ, ਮਹਾਰਾਜ ਕਹਿੰਦੇ ਮੈਂ ਬੱਧੀ ਸੱਚ ਧਰਮਸ਼ਾਲ ਹੈ, ਵਾਹਿਗੁਰੂ ਕਹਿੰਦੇ ਨੇ ਆਹ ਜਿਹੜਾ ਮੈਂ ਸਥਾਨ ਬਣਾਇਆ ਸਿੱਖੋ, ਇਹ ਮੈਂ ਸੱਚ ਦੀ ਧਰਮਸ਼ਾਲਾ ਬਣਾਈ ਹੈ, ਗੁਰਸਿੱਖਾਂ ਲਹੰਦਾ ਭਾਲਕ ਹੈ, ਮੈਂ ਇਸ ਕਰਕੇ ਬਣਾਈ, ਮੈਂ ਲੱਭਣਾ ਗੁਰਸਿੱਖੋ, ਇੱਥੇ ਆ ਕੇ ਬੈਠ ਕੇ ਧਰਮ ਦੀ ਗੱਲ ਕਰੋ, ਸ਼ਬਦ ਦੀ ਗੱਲ ਕਰੋ, ਮੈਂ ਬੱਧੀ ਸੱਚ ਧਰਮਸ਼ਾਲ ਹੈ, ਗੁਰਸਿੱਖਾਂ ਲਹੰਦਾ ਭਾਲਕ ਹੈ। ਅੱਗੇ ਕਹਿੰਦੇ ਨੇ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਬ ਨਿਬ ਲੱਗਾਂ ਪਾਏ ਜੀਓ, ਕਹਿੰਦੇ ਨੇ ਮੈਂ ਤੇਰੇ ਚਰਨ ਧੋਵਾਂ ਤੈਨੂੰ ਪੱਖਾ ਫੇਰਾਂਗਾ, ਮੇਰੇ ਗੁਰੂ ਦੀ ਧਰਮਸ਼ਾਲਾ 'ਚ ਤਿਆ। ਮੈਂ ਤਾਂ ਕਿਹਾ ਜੀ ਇਹ ਸਥਾਨ ਇਸ ਕਰਕੇ ਨਹੀਂ ਹੁੰਦੇ, ਇਹਨਾਂ ਦਾ ਸਾਡੇ ਰੂਹਾਨੀਅਤ ਨਾਲ ਸੰਬੰਧ ਹੈ। ਫਿਰ ਅਰਸ਼ ਸੁਣਿਓ,
ਪਹਿਲਾਂ ਛੋਟੀ ਸੰਗਤ, ਫਿਰ ਬੜੀ ਸੰਗਤ, ਫਿਰ ਪੱਕੀ ਸੰਗਤ, ਫਿਰ ਧਰਮਸ਼ਾਲਾ ਗੁਰਦੁਆਰਾ ਲਫ਼ਜ਼ ਸਾਡੇ ਹਿਸਟੋਰੀਅਨ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਸ਼ੁਰੂ ਹੋਇਆ। ਗੁਰਦੁਆਰਾ ਜਿਹੜਾ ਸ਼ਬਦ ਹੈ ਇਹ ਉਦੋਂ ਸ਼ੁਰੂ ਹੋਇਆ। ਗੁਰਦੁਆਰੇ ਦੇ ਦੋ ਅਰਥ ਨੇ, ਇੱਕ ਗੁਰਦੁਆਰੇ ਦਾ ਅਰਥ ਹੈ ਗੁਰੂ ਦਾ ਦਰ, ਤੇ ਇੱਕ ਗੁਰੂਦੁਆਰਾ ਮੀਨਸ ਗੁਰੂ ਦੇ ਰਾਹੀਂ। ਗੁਰੂ ਦੁਆਰਾ, ਦੁਆਰਾ ਸ਼ਬਦ ਇਹਨਾਂ ਦਾ ਵਰਤਨੇ ਆਪਾਂ, ਗੁਰੂ ਰਾਹੀਂ ਜਾਂ ਗੁਰੂ ਦਾ ਦਰ, ਇਹ ਗੁਰਦੁਆਰਾ ਬਣਦਾ ਹੈ। ਅਗਲੀ ਅਰਜ਼ ਕਿ ਗੁਰੂ ਹਰਗੋਬਿੰਦ ਸਾਹਿਬ ਦਾ, ਗੁਰੂ ਅਰਜਨ ਦੇਵ ਦਾ ਵੇਲਾ ਹੈ। ਗੱਲ ਮੈਂ ਬੜੀ ਸੰਖੇਪ ਜੀ ਕਰ ਚੱਲਿਆ। ਸੰਗਤ ਜੀ, ਇਕੱਲੇ ਸੱਤ ਸੰਗਤ 'ਤੇ ਤੁਸੀਂ ਬੋਲੀ ਜਾਓ ਪਿਆਰਿਓ, ਇੰਨਾ ਕੁ ਖਜ਼ਾਨਾ ਪਿਆ ਮੁੱਕਦੀ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ 'ਚੋਂ। ਰਾਤ ਸੀ ਹਨੇਰੀ ਅਤੇ ਜਵਾਨ ਬੰਦਾ ਐ ਪੂਰੀ ਤਾਕਤ ਅਤੇ ਦੋ ਕੰਮ ਕਰਦਾ ਸੀ, ਦਿਨੇ ਜਦੋਂ ਲਲਕਾਰ ਕੇ ਡਾਕਾ ਵੀ ਮਾਰ ਲੈਂਦਾ ਸੀ, ਰਾਤ ਨੂੰ ਦਾ ਲੱਗਦਾ ਸੀ ਅਤੇ ਚੋਰੀ ਵੀ ਕਰ ਲੈਂਦਾ ਸੀ। ਚੋਰੀ ਰਾਤ ਨੂੰ, ਲਲਕਾਰਾ ਨਹੀਂ ਮਾਰਨਾ, ਚੋਰੀ ਕਰ ਲੈਣੀ। ਅੱਜ ਉਹਨੇ ਕੀ ਕੀਤਾ, ਇਹ ਘਟਨਾ ਹੈ ਮਾਝੇ ਦੀ, ਉਹਨੇ ਰਾਤ ਚੋਰੀ ਕੀਤੀ, ਦਿਨੇ ਉਹ ਸਾਰਾ ਦੇਖਦਾ ਰਿਹਾ। ਕਿਰਸਾ ਪਿੰਡ ਵਾਲਿਆਂ ਦੀਆਂ ਮੱਝਾਂ, ਜਿੰਨੀਆਂ ਮੱਝਾਂ ਸੱਜਰ ਸਨ ਨਾ ਸੋਈਆਂ, ਉਹਨਾਂ ਦੇ ਜਾਂ ਸਮੇਤ ਸਾਰੀਆਂ ਮੱਝਾਂ ਚੋਰੀ ਕਰਕੇ ਲਾ ਲਈਆਂ। ਅੱਗੇ ਇਕੱਲੇ ਬੰਦੇ ਨੇ, ਤਾਕਤ ਵਾਲਾ ਸੀ, ਨਿਡਰ ਸੀ, ਉਹ ਮੱਝਾਂ ਲੈ ਕੇ ਤੁਰ ਪਿਆ। ਮੇਰੀ ਬੇਨਤੀ ਸੀ, ਸਮਝੋ ਕਿ ਮੈਂ ਸਿਰਫ ਇੰਨੀ ਗੱਲ ਕਰਨੀ ਹੈ ਕਿ ਸੱਤ ਸੰਗਤ ਦਾ ਕੋਈ ਪਤਾ ਨਹੀਂ ਕਿਹੜੀ ਘੜੀ ਬੰਦੇ ਵਿੱਚ ਤਬਦੀਲੀ ਆ ਜਾਣੀ, ਕੋਈ ਪਤਾ ਨਹੀਂ। ਆਸਵੰਦ ਹੋ ਕੇ ਆਈਏ, ਜਿਵੇਂ ਬੰਦਾ ਹਸਪਤਾਲ ਜਾਂਦਾ ਹੈ ਨਾ, ਇਸ ਆਸ ਨਾਲ ਜਾਂਦਾ ਮੈਂ ਤੰਦਰੁਸਤ ਹੋਣਾ ਹੈ। ਪਿਆਰੇ, ਜਦੋਂ ਗੁਰਦੁਆਰੇ ਵੀ ਆਈਏ, ਇਸ ਆਸ ਨਾਲ ਆਈਏ ਮੇਰਾ ਗੁਰੂ ਮੇਰੇ 'ਤੇ ਮਿਹਰ ਜ਼ਰੂਰ ਕਰੇਗਾ। ਭਾਂਡਾ ਲੈ ਕੇ ਚੱਲੀਏ, ਖੈਰ ਤਾਂ ਪੈ ਗਈ ਤਾਂ ਭਾਂਡਾ ਹੀ ਕੋਈ ਨਹੀਂ, ਜਿਉਂ ਜਿਹਾ ਆਇਆ ਉਹੋ ਜਿਹਾ ਬੰਦਾ ਨਿਕਲ ਗਿਆ। ਪਿੱਛੋਂ ਪਿੰਡ ਵਾਲੇ ਜਾਗ ਪਏ, ਉਹਨਾਂ ਵੇਖਿਆ ਮੱਝਾਂ ਸਾਰਿਆਂ ਦੀਆਂ ਲੈ ਗਿਆ, ਉਹ ਫਿਰ ਖੁਰਾ ਨੱਪਣ ਲੱਗ ਪਿਆ। ਖੁਰੇ ਦਾ ਪਤਾ ਪਹਿਲਾਂ ਸੀ, ਮੱਝਾਂ ਦੇ ਅਸੀਂ ਛੋਟੇ ਹੁੰਦਿਆਂ ਦੇਖਦੇ ਰਹੇ ਹਾਂ ਜੀ। ਜਦੋਂ ਪਿੰਡ ਚੋਰੀ ਹੁੰਦੀ ਸੀ, ਬਜ਼ੁਰਗ ਖੁਰਾ ਨੱਪਣ ਵਾਲੇ ਸਿਆਣੇ ਬੜੇ ਹੁੰਦੇ ਸਨ, ਉਹ ਬਿਲਕੁਲ ਉਹਦੀ ਪੈਰਾਂ ਦੀ ਖੁਰ ਦਾ ਮਤਲਬ ਉਹਦੇ ਪੈਰ, ਉਹਦੀ ਨਿਸ਼ਾਨੀ ਦੇ ਕੇ ਉਹ ਖੁਰਾ ਨੱਪਦੇ ਨੱਪਦੇ ਪਿੱਛੇ ਆ ਗਏ। ਹਨੇਰੇ 'ਚ ਆਵਾਜ਼ ਆਉਣ ਲੱਗ ਪਈ, ਜਿਹਨੇ ਚੋਰੀ ਕੀਤੀ ਉਹ ਡਰ ਗਿਆ ਵੀ ਫਸ ਗਿਆ ਜੀ। ਨੇੜੇ ਕੀ ਦੇਖਿਆ, ਉੱਧਰ ਉਹ ਅੰਮ੍ਰਿਤ ਵੇਲਾ ਹੋ ਰਿਹਾ ਸੀ, ਉੱਧਰ ਸਾਹਮਣੇ ਪਾਣੀ ਦੀ ਢਾਬ ਸੀ, ਉਹਨੇ ਸਾਰੀਆਂ ਮੱਝਾਂ ਪਾਣੀ 'ਚ ਵਾੜ ਦਿੱਤੀਆਂ। ਆਪ ਕੀ ਕੀਤਾ, ਜਿਹੜੀ ਝੌਂਪੜੀ ਦੀਵਾ ਬਲੇ ਉੱਥੇ ਚਲੇ ਗਏ, ਝੌਂਪੜੀ ਚਲੇ ਗਏ, ਮੱਝਾਂ ਪਾਣੀ ਦੀ ਢਾਬ ਚਲੀਆਂ ਗਈਆਂ, ਭਾਵੇਂ ਸਰਦੀ ਸੀ। ਆਪ ਉਹ ਚਲੇ ਗਏ ਉਹ ਝੌਂਪੜੀ 'ਚ, ਉਸ ਝੌਂਪੜੀ 'ਚ ਇੱਕ ਬੜੀ ਪਵਿੱਤਰ ਆਤਮਾ ਚੌਂਕੜਾ ਮਾਰ ਕੇ ਸਵੇਰੇ ਬੈਠੀ ਸੀ। ਨਾ ਉਹ ਬੋਲ ਰਿਹਾ ਸੀ, ਨਾ ਉਹ ਕੀਰਤਨ ਕਰ ਰਿਹਾ ਸੀ, ਬਸ ਆਪਣੇ ਆਪੇ 'ਚ ਬੈਠਾ। ਉਹ ਥਾਂ ਕਿਹੜੀ ਸੀ ਜੀ, ਉਹ ਮਾਝੇ ਦੀ ਇੱਕ ਥਾਂ ਹੈ, ਗੁਰਦੁਆਰਾ ਚੋਲਾ ਸਾਹਿਬ, ਮੈਂ ਉਸ ਇਲਾਕੇ ਦੇ ਪਤਾ ਨਾ, ਬਾਬਾ ਅਦਲੀ ਜੀ ਦਾ ਦਰਬਾਰ, ਉਹ ਜਲ ਉਹ ਸਰੋਵਰ ਜਿਹਾ ਹੈ। ਬਾਬਾ ਅਦਲੀ ਗੁਰੂ ਰਾਮਦਾਸ ਜੀ ਦੇ ਸਿੱਖ ਹੋਏ ਆ, ਬੜੀ ਸ਼ਰਧਾ ਭਾਵਨਾ ਵਾਲੇ। ਬਾਬਾ ਅਦਲੀ ਜੀ ਦਾ ਦਰਬਾਰ ਕਹਿੰਦਾ ਉਹ ਇਲਾਕਾ। ਅਦਲੀ ਜੀ ਉੱਥੇ ਬੈਠੇ ਆ, ਤੇ ਇਹ ਜਿਹੜਾ ਬੰਦਾ ਜਿਹਨੇ ਮੱਝਾਂ ਚੁਰਾਈਆਂ, ਚੇਤੇ ਰੱਖਿਓ ਇਹ ਉਹ ਵੇ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਸੀਨਾ ਕਿਹਾ ਹੈ, ਭਾਈ ਬਿਧੀ ਚੰਦ। ਕੋਲ ਬਹਿ ਗਏ ਜਾ ਕੇ। ਹੁਣ ਮੈਂ ਇੱਕ ਬੇਨਤੀ ਕਰਾਂ, ਫਿਰ ਅਰਜ਼ ਸੁਣਿਓ, ਇਹ ਗੱਲਾਂ ਰੂਹਾਨੀ ਨੇ ਜਿਹਨੂੰ ਅਸੀਂ ਆਪਣੇ ਬੁੱਧੀ ਦੇ ਤਲ 'ਤੇ ਸਿੱਧ ਕਰਨਾ ਚਾਹੁੰਦੇ ਹਾਂ। ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿੰਦਾ, ਬੰਦੇ ਦੇ ਕੱਪੜੇ ਦੇ ਉੱਤੇ ਚੌਂਕੜਾ ਮਾਰ ਕੇ ਪਤਾ ਲੱਗ ਜਾਂਦੇ ਤੇ ਸੌਣ ਵਾਲੇ ਦੀ ਬਿਰਤੀ ਕੀ ਹੋ ਜੀ ਹੈ।
ਪਰ ਬੰਦਾ ਅੰਦਰੂਨੀ ਤੌਰ 'ਤੇ ਚੱਲਦਾ ਹੋਵੇ, ਰੂਹਾਨੀ ਤੌਰ 'ਤੇ। ਹੁਣ ਉਹਦੇ ਭਾਗ ਜਾਗੇ ਉਸ ਵਕਤ ਅੰਮ੍ਰਿਤ ਵੇਲੇ ਔਰਾ ਇੰਨਾ ਜ਼ਬਰਦਸਤ ਉਹ ਝੌਂਪੜੀ ਦਾ, ਕਿਉਂਕਿ ਇਹ ਬਾਣੀ ਕਹਿ ਰਹੀ ਹੈ ਕਬੀਰ ਸੋਈ ਮੁੱਖ ਧਨਕ ਹੈ ਜੇ ਮੁੱਕਈ ਹੈ ਰਾਮ ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੋ ਗੁਲਾਮ। ਇੱਕ ਸ਼ਬਦ ਬੜਾ ਪੜਿਆ ਜਾਂਦਾ ਜੀ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਅਗਲੀ ਤੋਕੇ ਦਿੱਤੀ ਬਾਗ ਨਿਵਾਜ ਕਰ ਸੁੰਨ ਸਮਾਨ ਹੋਵਾ ਜਹਾਨਾ। ਇਹ ਸੁੰਨ ਸਮਾਨ ਦਾ ਮਤਲਬ ਇਹ ਨਹੀਂ ਕਿ ਪੱਥਰ ਹੋ ਗਏ, ਬਾਬਾ ਜੀ ਦੀ ਆਵਾਜ਼ ਦਾ ਔਰਾ ਇੰਨਾ ਜ਼ਬਰਦਸਤ ਸੀ ਜਿਹਦੇ ਵੀ ਕੰਨ 'ਚ ਪਿਆ ਪਿਆਰੇ ਉਹਦੇ ਅੰਦਰ ਦੇ ਥੋਟ ਫੁਰਨੇ ਕੁਦਮ ਰੋਕੇ। ਉਹਨੇ ਪਹਿਲੀ ਵਾਰ ਦੇਖਿਆ ਜੀ, ਝੌਂਪੜੀ 'ਚ ਡਰ ਕੇ ਵੜਿਆ ਪਰ ਮਨ ਟੇਕ ਗਿਆ ਜੀ, ਇੱਕ ਖਿੰਨ ਲੱਗਾ। ਯਾਦ ਰੱਖਿਓ ਜ਼ਿੰਦਗੀ ਬਦਲਦਿਆਂ ਅਤੇ ਵਿਗੜਦਿਆਂ ਖਿੰਨੀ ਲੱਗਦਾ, ਇਦੋਂ ਜ਼ਿਆਦਾ ਟਾਈਮ ਨਹੀਂ ਲੱਗਦਾ। ਇੱਕ ਚੰਗਾ ਫੁਰਨਾ ਉੱਠ ਜਾਏ, ਖਿਆਲ ਉੱਠ ਜਾ ਬੰਦਾ ਬਦਲ ਜਾਂਦਾ, ਇੱਕ ਮਾੜਾ ਖਿਆਲ ਉੱਠ ਜਾ ਬੰਦਾ ਡੁੱਬ ਜਾਂਦਾ। ਉਹ ਕੋਲ ਬਹਿ ਗਏ, ਇੰਨੇ ਚਿਰ ਨੂੰ ਬੰਦਿਆਂ ਦੀ ਆਵਾਜ਼ ਆਈ, ਬਾਬਾ ਅਦਲੀ ਜੀ ਨੇ ਨੇਤਰ ਖੋਲ੍ਹੇ, ਸਾਹਮਣੇ ਬੰਦਾ ਬੈਠਾ, ਕਹਿੰਦਾ ਤੂੰ ਕੌਣ? ਵੇਖੋ ਇੰਨਾ ਅੰਦਰੋਂ ਹਿਰਦਾ ਇੱਕੋ ਦਮ ਪਵਿੱਤਰ ਹੋ ਗਿਆ, ਚੋਰੀ ਕਰਕੇ ਆ, ਕਹਿੰਦਾ ਤੂੰ ਕੌਣ? ਉਹਨੇ ਬਿਲਕੁਲ ਨਹੀਂ ਕਿਹਾ ਮੈਂ ਸਾਦਾ ਬੰਦਾ, ਕਹਿੰਦਾ ਦਿਨੇ ਡਾਕੇ ਮਾਰ ਲੈਣਾ ਰਾਤ ਨੂੰ ਚੋਰੀ ਕਰਨਾ, ਅੱਜ ਤੁਹਾਡੀ ਢਾਬ 'ਚ ਮੈਂ ਮੱਝਾਂ ਵਾੜ ਕੇ ਚੋਰੀ ਕਰਕੇ ਆਇਆ, ਮੈਂ ਚੋਰੀ ਕੀਤੀ ਹੈ। ਕਹਿੰਦੇ ਨੇ ਚੋਰੀ ਕਰਨਾ ਤੂੰ ਜੀ? ਕਹਿੰਦੇ ਤੇਰਾ ਤਾਂ ਆਪਣਾ ਘਰ ਲੁਟੀਂਦਾ ਪਿਆ, ਡਾਕਾ ਰੋਜ਼ ਪੈਂਦਾ, ਉਹ ਕਿ ਨਹੀਂ ਸੰਭਾਲਿਆ ਕਦੀ? ਜੇ ਤੁਰਨਾ ਤਾਂ ਅਗਾਂਹ ਜ਼ਿੰਦਗੀ ਤੁਰ ਰਹੀ ਹੈਗਾ, ਸਰੀਰ ਅੱਗੇ ਤੁਰ ਰਿਹਾ, ਛੱਡ ਖੇੜਾ ਉਹਦਾ, ਗੁਰੂ ਅੱਗੇ ਅਰਦਾਸ ਕਰ। ਉਹ ਧੋ ਦੈਗੋ ਨੇ ਕਿਹਾ ਜੀ ਮੈਂ ਚੋਰੀ ਕਰਨਾ, ਅੱਜ ਤੋਂ ਬਾਅਦ ਨਹੀਂ ਪਿਆਰਿਓ। ਧੰਨ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਆਏ, ਸੇਵਾ ਕੀਤੀ, ਬੜੀ ਸੇਵਾ ਕੀਤੀ, ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇੰਨੀ ਸੇਵਾ ਕੀਤੀ ਭਾਈ ਬਿਧੀ ਚੰਦ ਜੀ ਨੇ, ਉਹਨਾਂ ਬਾਰੇ ਇਹ ਗੁਰਬਿਲਾਸ ਪਾਤਸ਼ਾਹੀ ਛੇਵੀਂ ਸਾਡਾ ਇੱਕ ਗ੍ਰੰਥ ਹੈ ਜੀ, ਬੜਾ ਪੁਰਾਣਾ ਸਰੋਤ ਹੈ, ਉਹਦੇ 'ਚ ਲਿਖਦੇ ਆ ਕਿ ਭਾਈ ਸਾਹਿਬ ਇੰਨਾ ਕੁ ਅਭਿਆਸ ਹੋ ਗਿਆ ਉਹਦੇ ਬੁੱਲ ਕਦੀ ਬੰਦ ਨਹੀਂ ਸਨ ਹੁੰਦੇ। ਭਾਈ ਬਿਧੀ ਚੰਦ ਲਗਾਤਾਰ ਤੁਰਦਾ ਬੈਠਦਾ ਬਾਣੀ ਗਾਈ ਜਾਂਦਾ ਸੀ, ਸ਼ਬਦ ਗਾਣੇ, ਅੰਦਰ ਤਬਦੀਲ ਹੋ ਗਿਆ। ਆਪ ਨੂੰ ਪਤਾ ਹੈ ਗੁਰੂ ਅਰਜਨ ਦੇਵ ਸ਼ਹੀਦ ਹੋਏ ਕਿੰਨੇ ਨੇੜੇ ਹੋ ਗਏ ਮਹਾਰਾਜ ਦੇ? ਗੁਰੂ ਅਰਜਨ ਦੇਵ ਸ਼ਹੀਦ ਹੋਏ ਅਤੇ ਭਾਈ ਬਿਧੀ ਚੰਦ ਜੀ ਮੇਰਾ ਖਿਆਲ ਲਾਹੌਰ ਵੀ ਗਏ, ਗੁਰੂ ਅਰਜਨ ਦੇਵ ਸ਼ਹੀਦ ਹੋਏ ਉਹ ਨਾਲ ਗਏ ਪੰਜਾਂ ਸਿੱਖਾਂ ਦੇ, ਪਰ ਪਿਛੋਕੜ ਕੀ ਹੈ ਜੀ ਕੁਝ ਸਾਲ ਪਹਿਲਾਂ। ਜਦੋਂ ਸ਼ਹੀਦ ਹੋ ਗਿਆ ਮਹਾਰਾਜ ਜੀ ਨੇ ਕਿਹਾ ਕਿ ਸਾਨੂੰ ਸੁੰਦਰ ਜਵਾਨੀਆਂ ਸੁੰਦਰ ਘੋੜੇ ਚਾਹੀਦੇ ਨੇ। ਪਿਆਰਿਓ ਭਾਈ ਬਿਧੀ ਚੰਦ ਸਭ ਤੋਂ ਪਹਿਲਾਂ ਛਾਲ ਮਾਰ ਕੇ ਆਏ, ਸੁਰ ਸਿੰਘ ਪਿੰਡ ਦੇ ਸੈਂਕੜੇ ਨੌਜਵਾਨ, ਅਤੇ ਭਾਈ ਸਾਹਿਬ ਨੇ ਕਿਹਾ ਸਤਿਗੁਰੂ ਦੋ ਵਕਤ ਦੀ ਰੋਟੀ ਦੇ ਦਿਆ ਜੇ, 6 ਮਹੀਨਿਆਂ ਬਾਅਦ ਕੱਪੜਾ ਦੇ ਦਿਆ ਜੇ, ਅੱਜ ਤੋਂ ਬਾਅਦ ਤੇਰਾ ਘਰ ਛੱਡ ਕੇ ਕਿਤੇ ਨਹੀਂ ਜਾਣਾ। ਇੱਕ ਦਿਨ ਦੀ ਸੰਗਤ ਸੀ ਨਾ, ਖਿੰਨ ਲੱਗਾ। ਮੈਂ ਜਿਹੜੀ ਆਪ ਨੂੰ ਸਮਾਪਤੀ ਕਰਨ ਲੱਗਾ, ਉਹੀ ਭਾਈ ਬਿਧੀ ਚੰਦ ਦੋ ਗੱਲਾਂ ਬੜੀਆਂ ਨੇ, ਇੱਕ ਦਸ਼ਾਲਿਆਂ ਦੀ, ਇੱਕ ਘੋੜਿਆਂ। ਸਾਡੇ ਕਵੀ ਢਾਡੀ ਬਹੁਤ ਸੁਣਾਉਂਦੇ ਨੇ, ਅਤੇ ਸੁਣਾਉਣਾ ਵੀ ਚਾਹੀਦਾ ਜੀ, ਕਿਉਂਕਿ ਦਸ਼ਾਲਿਆਂ ਦਾ ਪੱਟੀ ਜਦੋਂ ਜਾਂਦੇ ਹਾਂ ਭੱਟ ਸਾਹਿਬ ਮੈਂ ਜਾਂਦਾ ਕਥਾ ਕਰਨ। ਦੇਖੋ ਇਹ ਸਿੱਧੀ ਗੱਲ, ਘੋੜਾ ਲੈ ਕੇ ਆਏ ਪਹਿਲਾਂ, ਉੱਥੇ ਰੂਹਾਨੀਅਤ ਵਰਤੀ, ਪਹਿਲਾਂ ਘੋੜਾ ਲੈ ਕੇ ਆਏ ਘਸਿਆਰਾ ਬਣ ਕੇ, ਕਿਉਂਕਿ ਕਾਬਲ ਤੋਂ ਸਿੱਖ ਲੈ ਕੇ ਆਏ, ਲਾਹੌਰ ਵਾਲਿਆਂ ਖੋਲ ਹੈ, ਅਤੇ ਜਿਹੜੇ ਭੇਟਾ ਲੈ ਕੇ ਆਏ ਰੋ ਪਏ ਮਹਾਰਾਜ ਬੜੇ ਕੀਮਤੀ ਘੋੜੇ ਲਿਆਏ ਸਾਂ, ਅਫਸੋਸ ਰਸਤੇ 'ਚ ਖੋਲਿਆ। ਗੁਰੂ ਸਾਹਿਬ ਕਹਿੰਦੇ ਤੁਹਾਡੇ ਵੱਲੋਂ ਪਹੁੰਚ ਗਏ,
ਸਾਡੇ ਤਾਂ ਉਦਣ ਹੀ ਹੋ ਗਏ ਸਨ ਜਿੱਦਣ ਤੁਸੀਂ ਲੈ ਕੇ ਤੁਰੇ ਸੀ, ਹੁਣ ਅਸੀਂ ਆਪੇ ਲੈ ਕੇ ਆਵਾਂਗੇ ਜਿੰਨੇ ਖੋਏ ਨੇ, ਤੁਹਾਡੀ ਭੇਟਾ ਸਵੀਕਾਰ। ਭਾਈ ਸਾਹਿਬ ਪਹਿਲਾ ਘੋੜਾ ਲੈ ਕੇ ਆਏ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਆਪਣੇ ਸੀਨੇ ਨਾਲ ਲਾਇਆ ਅਤੇ ਪਤਾ ਬਚਨ ਕੀ ਕਹੇ, ਬੜੇ ਪਿਆਰੇ ਬਚਨ ਨੇ ਕਿ ਭਾਈ ਜੀ ਜੋ ਮੰਗੋਗੇ ਤੁਹਾਨੂੰ ਮਿਲੇਗਾ। ਇਸੇ ਤਰ੍ਹਾਂ ਬਹੁਤ ਸੰਗਤ ਸੀ, ਘੋੜਾ ਬਾਹਰ ਖਲੋਤਾ ਅਤੇ ਭਾਈ ਜੀ ਨੇ ਚਾਰ ਬਚਨ ਮੰਗੇ। ਕਹਿੰਦੇ ਨੇ ਮਹਾਰਾਜ ਜੀ ਇਹ ਕਿਰਪਾ ਕਰੋ, ਪਹਿਲਾ ਬਚਨ ਮੈਨੂੰ ਦਿਓ ਸਤਿਗੁਰੂ ਕਾ ਅੰਗ। ਹਾਂਜੀ ਮੈਂ ਅਰਥ ਕਰ ਦੇਣਾ। ਦੂਜਾ ਬਚਨ ਦਿਓ ਸਾਧ ਕਾ ਸੰਗ, ਤੀਜਾ ਬਚਨ ਦਿਓ ਨਾਮ ਕਾ ਰੰਗ, ਚੌਥਾ ਬਚਨ ਦਿਓ ਨਿਸ਼ਚਾ ਅਪੰਗ। ਇਹ ਚਾਰ ਗੱਲਾਂ ਬੜੀਆਂ ਡੂੰਘੀਆਂ ਨੇ ਜੀ। ਸਤਿਗੁਰੂ ਕਾ ਅੰਗ ਇਹਦਾ ਮਤਲਬ ਕੀ ਹੈ? ਅੰਗ ਸਾਡੀ ਬੋਡੀ ਦੇ ਅੰਗ ਨੇ, ਹੱਥ ਪੈਰ। ਸਤਿਗੁਰੂ ਕਾ ਅੰਗ, ਹੇ ਮਹਾਰਾਜ ਜੀ ਮੈਂ ਇਸ ਤਰ੍ਹਾਂ ਨਾ ਸਮਝਾਂ, ਹੁਣ ਤੁਹਾਡੇ ਕੋਲ ਬੈਠਾ, ਮੇਰੇ ਗੁਰੂ ਮੇਰੇ ਕੋਲ ਨੇ, ਮੇਰੇ ਤੇ ਇਹ ਕਿਰਪਾ ਕਰੋ ਜਿਵੇਂ ਮੇਰੀ ਬੋਡੀ ਦਾ, ਜਿਵੇਂ ਮੇਰੇ ਤਨ ਦਾ, ਮੇਰੇ ਸਰੀਰ ਦੇ, ਜਿੱਥੇ ਮੈਂ ਜਾਣਾ ਅੰਗ ਮੇਰੇ ਨਾਲ ਜਾਂਦੇ ਨੇ, ਮੇਰੇ ਮਾਲਕਾ ਮੈਂ ਜਿੱਥੇ ਜਾਵਾਂ ਮੇਰੇ ਗੁਰੂ ਅੰਗ ਦੀ ਤਰ੍ਹਾਂ ਮੇਰੇ ਸੰਗ ਰਹੇ। ਜਿਹਨੂੰ ਆਪਾਂ ਕਹਿੰਦੇ ਹਾਂ ਸਦਾ ਅੰਗ ਸੰਗੇ, ਇਹ ਅੰਗ ਸੰਗ ਦਾ ਮਤਲਬ ਹੈ ਇਹ ਹੱਥ ਅੰਗ ਨੇ, ਇਹ ਸੰਗ ਨਾਲ ਰਹਿਣਗੇ। ਜਿੱਥੇ ਅੰਗ ਜਾਏਗਾ ਉਹ ਸੰਗ ਰਹੇਗਾ, ਜਿੱਥੇ ਸੰਗ ਸਰੀਰ ਦਾ ਉੱਥੇ ਅੰਗ ਰਹੇਗਾ। ਸਤਿਗੁਰੂ ਕਾ ਅੰਗ, ਗੁਰੂ ਮੇਰੇ ਅੰਗ ਸੰਗ ਰਹੇ। ਦੂਜਾ ਬਚਨ ਨਾਮ ਕਾ ਰੰਗ, ਬਸ ਕਿਰਪਾ ਕਰ ਇਸ ਅੰਦਰ ਨਾਮ ਦੇ ਪ੍ਰੇਮ ਵਿੱਚ ਰੰਗ ਦੇ। ਦੂਜਾ ਬਚਨ ਨਾਮ ਕਾ ਰੰਗ, ਤੀਸਰਾ ਸਾਧ ਕਾ ਸੰਗ। ਪਿਆਰਿਓ ਜਿਹੜਾ ਬੰਦਾ ਚੋਰੀ ਕਰਨ ਵਾਲਾ, ਡਾਕੇ ਮਾਰਨ ਵਾਲਾ, ਉਹ ਇਸ ਸੁਰਤੀ ਤੇ ਪਹੁੰਚ ਗਿਆ, ਦਾਤਾ ਜੀ ਮੈਨੂੰ ਸਾਰੀ ਜ਼ਿੰਦਗੀ ਬੰਦਗੀ ਕਰਨ ਵਾਲਿਆਂ ਦੀ ਸੰਗਤ ਬਖਸ਼ਣੀ। ਅਸੀਂ ਰੋਜ਼ ਕਹਿੰਦੇ ਹਾਂ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਮੰਗ ਨਹੀਂ ਸਾਡੀ। ਸਤਿਗੁਰੂ ਕਾ ਅੰਗ, ਨਾਮ ਕਾ ਰੰਗ, ਸਾਧ ਕਾ ਸੰਗ, ਤੇ ਚੌਥਾ ਬਚਨ ਮੰਗਿਆ ਨਿਸ਼ਚਾ ਅਭੰਗ। ਨਿਸ਼ਚਾ ਸਮਝਦੇ ਹਾਂ ਫੇਥ, ਪਰ ਇਹ ਹੀ ਹੋਏਗਾ ਨਾ ਅਰਥ, ਯਕੀਨ। ਅਭੰਗ ਦਾ ਅਰਥ ਜਾਂ ਟੁੱਟੇ ਨਾ, ਜਿੰਨੀ ਮਰਜ਼ੀ ਦੁਨੀਆ ਤਰਕ ਦੀ ਗਿਆਨ ਦੀ ਹਨੇਰੀ ਚਲਾਏ, ਮੇਰ ਕਰੀ ਮਰਦੇ ਦਮ ਤੱਕ ਮੇਰਾ ਭਰੋਸਾ ਤੇਰੇ ਤੋਂ ਨਾ ਟੁੱਟੇ। ਚਾਰ ਬਚਨ ਮੰਗੇ ਜੀ, ਸਤਿਗੁਰੂ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਭੰਗ। ਸਮਾਂ ਲੰਘਿਆ, ਦੂਜਾ ਘੋੜਾ ਲਿਆਉਣਾ ਸੀ, ਭਾਈ ਸਾਹਿਬ ਦੂਜਾ ਵੀ ਲੈ ਕੇ ਆਏ। ਜਦੋਂ ਦੂਜਾ ਘੋੜਾ ਲਿਆਏ ਨਾ ਜੀ, ਸਾਡਾ ਇਤਿਹਾਸ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਅੱਗੇ ਲੈਣ ਚਲੇ ਗਏ। ਭਾਈ ਸਾਹਿਬ ਘੋੜਾ ਲੈ ਕੇ ਆਏ, ਝੁਕਣ ਲੱਗੇ, ਮਹਾਰਾਜ ਜੀ ਨੇ ਆਪਣੇ ਸੀਨੇ ਨਾਲ ਲਾ ਲਿਆ ਇੱਥੇ। ਫਿਰ ਕਹਿੰਦੇ ਨੇ ਭਾਈ ਸਾਹਿਬ ਜੋ ਮੰਗੋਗੇ, ਸਵਾਦ ਵੀ ਇਹਦੇ ਵਿੱਚ, ਸਿੱਖ ਇੰਨੀ ਕੁ ਸੇਵਾ ਕਰੇ, ਗੁਰੂ ਆਵਾਜ਼ ਮਾਰ ਕੇ ਕਹਿ ਤੈਨੂੰ ਕੀ ਚਾਹੀਦਾ ਹੈ। ਇਹ ਹੈ ਸਿੱਖੀ, ਮੰਗੇ ਨਾ ਗੁਰੂ ਆਵਾਜ਼ ਮਾਰੇ, ਇਹ ਨਾ ਹੋਵੇ ਸੇਵਾ ਥੋੜੀ, ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਬਹੁਤਾ। ਮਹਾਰਾਜ ਕਹਿੰਦੇ ਜੋ ਮੰਗੇਗਾ। ਭਾਈ ਸਾਹਿਬ ਬੈਰਾਗ ਸਨ ਉਦਣ, ਕਹਿੰਦੇ ਮਹਾਰਾਜ ਜੀ ਨਹੀਂ ਕੁਛ ਚਾਹੀਦਾ। ਕਹਿੰਦੇ ਨਹੀਂ, ਜੋ ਮੰਗੋ, ਕੁਛ ਨਹੀਂ ਬੋਲੇ। ਫਿਰ ਸੰਗਤ ਵੇਖ ਰਹੀ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਤਿੰਨ ਬਚਨ ਦੂਜੀ ਵਾਰੀ ਕਹੇ। ਕਹਿਣ ਲੱਗੇ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਮੰਗਿਆ ਨਾ ਕੁਛ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਤੇ ਦੂਸਰਾ ਬਚਨ ਕਿਹਾ ਪ੍ਰੇਮ ਭਗਤ ਭੀਨਾ, ਭੀਨਾ ਮੀਨਸ ਭਿੱਜਾ ਹੋਇਆ, ਤੇਰਾ ਅੰਦਰ ਪਰਮਾਤਮਾ ਦੀ ਭਗਤੀ ਚ ਭਿੱਜਾ ਰਹੇਗਾ।
ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਪ੍ਰੇਮ ਭਗਤ ਭੀਨਾ। ਤੀਜਾ ਬਚਨ ਕਿਹਾ ਕਦੇ ਕਮੀ ਨਾ ਹੈ। ਆ ਹੈ ਗੱਲ, ਤੇਰੇ ਕਦੇ ਘਰ ਚ ਤੋਟਾ ਨਹੀਂ ਆਉਣਾ, ਕਦੇ ਕਮੀ ਨਾ ਹੈ। ਜਦੋਂ ਤਿੰਨ ਬਚਨ ਕੀਤੇ ਨਾ ਤੇ ਭਾਈ ਸਾਹਿਬ ਫਿਰ ਬੋਲੇ, ਕਹਿੰਦੇ ਮਹਾਰਾਜ ਪਹਿਲੀ ਵਾਰੀ ਮੈਂ ਚਾਰ ਮੰਗੇ ਸਨ, ਤੁਸੀਂ ਹੁਣ ਤੁੱਟ ਕੇ ਤਿੰਨ ਦਿੱਤੇ, ਇੱਕ ਹੋਰ ਬਚਨ ਦੇ ਦਿਓ। ਮਹਾਰਾਜ ਖੁਸ਼ ਹੋ ਕਹਿੰਦੇ ਮੰਗ ਤਾਂ ਸਹੀ। ਪੱਲਾ ਪਕੜ ਕੇ ਕਹਿੰਦਾ ਅੱਜ ਤੋਂ ਬਾਅਦ ਮੰਗਣ ਵਾਲੀ ਬਿਰਤੀ ਖਤਮ ਕਰ ਦਿਓ, ਇਹ ਚੌਥਾ ਬਚਨ ਕਰ ਦਿਓ, ਮੇਰੇ ਅੰਦਰ ਮੰਗਣ ਦਾ ਫੁਰਨਾ ਹੀ ਕਦੀ ਨਾ ਹੋਵੇ। ਮੈਂ ਸਿਰਫ ਤੁਹਾਨੂੰ ਇੰਨੀ ਕੁ ਬੇਨਤੀ ਕੀਤੀ, ਇਹ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ। ਪਰ ਭਾਈ ਸਾਹਿਬ ਦਾ ਜੋ ਅੰਤਲਾ ਸਮਾਂ ਆਇਆ, ਤੁਹਾਨੂੰ ਪਤਾ ਹੋਣਾ ਬੁੱਢਣ ਸ਼ਾਹ ਕੋਲ ਮਹਾਰਾਜ ਗਏ ਸਨ ਕੀਰਤਪੁਰ ਸਾਹਿਬ, ਜਿਹਦੇ ਸ਼ੇਰ ਬੱਕਰੀਆਂ ਨੂੰ ਤੁਹਾਨੂੰ ਪਤਾ ਜਿਹੜਾ ਕੀਰਤਪੁਰ ਸਾਹਿਬ ਗਏ ਹੋਗੇ ਬੱਕਰੀਆਂ ਚਾਰ, ਉਹਨੇ ਮਹਾਰਾਜ ਨੂੰ ਕਿਹਾ ਸੀ ਮੈਂ ਦੁੱਧ ਬੱਕਰੀਆਂ ਦਾ ਨਾ ਬੁੱਢਣ ਸ਼ਾਹ। ਮਹਾਰਾਜ ਨੇ ਕਿਹਾ ਅੱਜ ਨਹੀਂ, ਛੇਵੇਂ ਜਾਮੇ ਪੀਆਂਗੇ ਆ ਕੇ। ਗੁਰੂ ਹਰਗੋਬਿੰਦ ਸਾਹਿਬ ਗਏ, ਉਂਝ ਭਾਈ ਵੀਰ ਸਿੰਘ ਦੇ ਮੁਤਾਬਕ ਉਹ ਕਹਿੰਦੇ ਦਸਵੇਂ ਜਾਮੇ ਤੱਕ ਜਿੰਦਾ ਰਿਹਾ ਹੈ। ਭਾਈ ਵੀਰ ਸਿੰਘ ਨੇ ਸਿਰਫ ਪਤਾ ਉਹਨਾਂ ਕੋਲ ਸਰੋਤ ਕਿਹੜਾ ਹੋਵੇਗਾ, ਮੈਂ ਸਿਰਫ ਉਹਨਾਂ ਪੜ੍ਹਿਆ। ਗੁਰੂ ਹਰਗੋਬਿੰਦ ਸਾਹਿਬ ਗਏ, ਬੁੱਢਣ ਸ਼ਾਹ ਦਾ ਇੱਕ ਚੇਲਾ ਸੀ ਸੁੰਦਰ ਸ਼ਾਹ, ਹਾਂਜੀ ਉਹਦਾ, ਉਹ ਆਇਆ ਅਤੇ ਭਾਈ ਬਿਧੀ ਚੰਦ ਬੜਾ ਪਿਆਰ ਪੈ ਗਿਆ, ਮਿੱਤਰ ਹੋ ਗਏ ਜੀ ਆਪਸ 'ਚ। ਇੱਕ ਦਿਨ ਦੋਨੋਂ ਬੈਠੇ ਸਿਮਰਨ ਹੀ ਉੱਥੇ ਬਾਣੀ ਸੀ। ਸੁੰਦਰ ਸ਼ਾਹ ਕਹਿੰਦਾ ਬਿਧੀ ਚੰਦ ਆਪਣੀ ਯਾਰੀ ਬੜੀ ਹੈ, ਆਪਾਂ ਜਦੋਂ ਦੁਨੀਆਂ 'ਚ ਜਾਣਾ ਇਕੱਠਿਆਂ ਜਾਣਾ। ਉਹਨੇ ਬਚਨ ਕਰਦਾ ਵੀ ਇਕੱਠੇ ਜਾਵਾਂਗੇ। ਸੁੰਦਰ ਸ਼ਾਹ ਚਲੇ ਗਏ, ਇਹ ਭਾਈ ਸਾਹਿਬ ਇੱਥੇ ਰਹਿ ਗਏ। ਜਦੋਂ ਉਹਨਾਂ ਦਾ ਅੰਤਲਾ ਸਮਾਂ ਆਇਆ, ਸੁੰਦਰ ਸ਼ਾਹ ਨੇ ਚੇਤੇ ਕੀਤਾ ਅਤੇ ਉਸ ਇਲਾਕੇ ਦੀ ਸੰਗਤ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੁਲਾਇਆ ਸੀ ਜਿੱਥੇ ਸੁੰਦਰ ਸ਼ਾਹ ਸਨ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ ਸਾਡੇ ਵੱਲੋਂ ਭਾਈ ਬਿਧੀ ਚੰਦ ਜੀ ਜਾਣਗੇ। ਜਿਹੜੇ ਲੈਣ ਆਏ ਉਹ ਕਹਿੰਦੇ ਮਹਾਰਾਜ ਦਰਸ਼ਨ ਆਪ ਜੀ ਦੇ ਕਰਨੇ। ਮਹਾਰਾਜ ਕਹਿੰਦੇ ਨੇ ਜਿਹੜਾ ਮੇਰੇ ਵਿੱਚ ਅਤੇ ਬਿਧੀ ਚੰਦ ਵਿੱਚ ਅੰਤਰ ਜਾਣੇਗਾ ਸੋ ਗੁਰੂ ਤੋਂ ਵਿਛੜਿਆ ਰਹੇਗਾ, ਮੇਰਾ ਰੂਪ ਹੈ। ਭਾਈ ਸਾਹਿਬ ਨੇ ਅਤੇ ਸੁੰਦਰ ਸ਼ਾਹ ਨੇ ਇੱਕੋ ਵੇਲੇ ਇੱਕੋ ਥਾਂ 'ਤੇ ਇਕੱਠਾ ਚੋਲਾ ਛੱਡਿਆ ਸੀ। ਮੈਂ ਸਿਰਫ ਤੁਹਾਨੂੰ ਇੰਨੀ ਕੁ ਬੇਨਤੀ ਅੱਜ ਕਰਨ ਕੀਤੀ ਹੈ, ਜੋ ਭਾਈ ਸਾਹਿਬ ਨੇ ਸ਼ਬਦ ਕਹੇ ਮੈਂ ਉਸੇ ਨੂੰ ਆਧਾਰ ਬਣਾ ਲਿਆ। ਪਿਆਰਿਓ, ਇਹ ਗੁਰਦੁਆਰੇ ਇਹ ਸਤ ਸੰਗਤ ਰੂਹਾਨੀ ਤਰੱਕੀ ਵਾਸਤੇ ਹੁੰਦੇ ਆ, ਇਹ ਬੱਚਿਆਂ ਵਾਸਤੇ ਸਕੂਲ ਨੇ, ਇਹ ਸੱਚਮੁੱਚ ਜਿਹਨੂੰ ਰੋਟੀ ਨਹੀਂ ਮਿਲਦੀ ਉਹਦੇ ਵਾਸਤੇ ਇੱਥੇ ਰੋਟੀ ਮਿਲਦੀ ਹੈ, ਇਸਤਰੀਆਂ ਵਾਸਤੇ ਲੋਹਗੜ੍ਹ ਹੈ। ਇਹ ਗੁਰਦੁਆਰੇ ਦੇ ਬੜੇ ਗੁਣ ਨੇ, ਸਤਿਗੁਰੂ ਕਿਰਪਾ ਕਰੇ। ਇਹ ਨਾ ਵੇਖੋ ਅਸੀਂ 50 ਜੀਆਂ, ਅਸੀਂ 50 ਘਰਾਂ, 40 ਘਰਾਂ, ਨਹੀਂ ਨਹੀਂ, ਕਮਾਈ ਵਾਲਾ ਤਾਂ ਇੱਕ ਪੈਦਾ ਹੋ ਜਾਏ ਦੁਨੀਆ ਪਲਟ ਜਾਂਦਾ ਹੈ। ਆਪਾਂ ਇਸ ਸਥਾਨ ਨੂੰ ਹੋਰ ਸਤਿਗੁਰੂ ਭਾਗ ਲਾਏ। ਪ੍ਰਬੰਧਕ ਵੀਰਾਂ ਦਾ ਮੈਂ ਬਹੁਤ ਧੰਨਵਾਦੀ ਹਾਂ, ਮੈਂ ਕਹਿਣ ਨੂੰ ਸੰਕੋਚ ਨਹੀਂ ਕਰਦਾ। ਅੰਕਲ ਜੀ ਅਸੀਂ ਕਹਿੰਦੇ ਹਾਂ, ਸਰਦਾਰ ਹਰੀ ਸਿੰਘ ਜੀ, ਸਾਡੇ ਮਾਤਾ ਜੀ ਬੀਬੀ ਅਮਰੀਕ ਕੌਰ ਜੀ, ਕਿਉਂਕਿ ਇਸ ਪਰਿਵਾਰ ਨਾਲ ਮੇਰਾ ਰਿਸ਼ਤਾ ਸੰਬੰਧ